ਆਪਣੀ ਬੋਲੀ ਆਪਣੀ ਪਹਿਚਾਨ ਪੰਜਾਬੀ ਹਰ ਮਹਿਫਿਲ ਦੀ ਜਾਨ ਪੰਜਾਬੀਆਂ ਦੀ ਹੈ ਵੱਖਰੀ ਸ਼ਾਨ ਆਪਣੀ ਬੋਲੀ ਆਪਣੀ ਪਹਿਚਾਨ ਗੱਤ ਪੰਜਾਬੀ ਦੇ ਦਾਨਿਸ਼ਵਰ ਦਰਸ਼ਕਾਂ ਅਤੇ ਸੁਚੇਤ ਸਰੋਤਾ ਜਿਨ੍ਹਾਂ ਦਾ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਅੱਜ ਜਿਵੇਂ ਅਸੀਂ ਤੁਹਾਡੇ ਨਾਲ ਪਹਿਲੇ ਵੀ ਗੱਲ ਕੀਤੀ ਹੈ, ਜ਼ਿਕਰ ਕੀਤਾ ਹੈ ਕਿ ਇਹ ਸਾਰਾ ਹਫ਼ਤਾ ਹੀ ਉਸ ਕੁਰਬਾਨੀਆਂ ਦੀ ਲੜੀ ਦਾ ਇੱਕ ਹਿੱਸਾ ਹੈ, ਉਸ ਮਾਲਾ ਦਾ ਇੱਕ ਮਣਕਾ ਹੈ ਜਿਹਦੇ ਵਿੱਚ ਗੁਰੂ ਕਲਗੀਧਰ ਪਿਤਾ ਦੇ ਪੂਰੇ ਪਰਿਵਾਰ ਦਾ ਹੀ ਜਿਹੜੀ ਮਹਾਨ ਕੁਰਬਾਨੀ ਹੋਈ, ਜਿਹਦੇ ਕਰਕੇ ਸਰਬੰਸਦਾਨੀ ਦਾ ਰੁਤਬਾ, ਸਰਬੰਸਦਾਨੀ ਦਾ ਲਕਬ ਗੁਰੂ ਕਲਗੀਧਰ ਪਿਤਾ ਨੂੰ ਪ੍ਰਾਪਤ ਹੋਇਆ। ਅਸੀਂ ਉਸ ਲੜੀ ਦੇ ਵਿੱਚ ਤੁਹਾਡੇ ਨਾਲ ਵਿਚਾਰ ਕਰ ਰਹੇ ਹਾਂ, ਪਹਿਲਾਂ ਵੀ ਇਸ ਪ੍ਰੋਗਰਾਮ ਦੇ ਵਿੱਚ ਕੀਤਾ ਸੀ, ਔਰ ਇਸ ਦੇ ਵਿੱਚ ਜਿਹੜਾ ਮੁੱਖ ਭਾਗ ਸੀ ਉਹ ਤੁਹਾਡੇ ਵਿਚਾਰਾਂ ਦੀ ਸ਼ਮੂਲੀਅਤ ਦਾ ਸੀ, ਔਰ ਸਾਡੀ ਅੱਜ ਕੋਸ਼ਿਸ਼ ਹੋਏਗੀ ਕਿ ਵੱਧ ਤੋਂ ਵੱਧ ਤੁਹਾਡੇ ਵਿਚਾਰ ਜ਼ਰੂਰ ਸ਼ਾਮਲ ਹੋਣ। ਔਰ ਕਲਗੀਧਰ ਪਿਤਾ, ਮਾਤਾ ਜੀ ਔਰ ਉਹਨਾਂ ਸਾਹਿਬਜ਼ਾਦਿਆਂ ਦੀ ਉਸ ਅਦੁੱਤੀ ਕੁਰਬਾਨੀ ਜਿਹਦੇ ਲਈ ਸ਼ਾਇਦ ਅੱਖਰ ਕਿਸੇ ਕੋਲ ਵੀ ਨਹੀਂ ਹੋਣਗੇ, ਉਸ ਨੂੰ ਕੋਈ ਅੱਖਰਾਂ ਦੇ ਵਿੱਚ ਬਿਆਨ ਕਰ ਸਕੇ, ਅਸੀਂ ਉਸ ਦੇ ਬਾਰੇ ਜ਼ਰੂਰ ਗੱਲਬਾਤ ਕਰਾਂਗੇ, ਔਰ ਤੁਹਾਡੇ ਵਿਚਾਰਾਂ ਦੀ ਸਾਨੂੰ ਉਡੀਕ ਹੋਏਗੀ। ਤੁਸੀਂ ਵੀ ਆਪਣੇ ਸ਼ਰਧਾ ਦੇ ਫੁੱਲ ਸਾਹਿਬਾਂ ਦੇ ਚਰਨਾਂ ਵਿੱਚ ਅਰਪਣ ਕਰਕੇ ਆਪਣੀ ਹਾਜ਼ਰੀ ਲਵਾ ਸਕਦੇ ਹੋ। ਅੱਜ ਇੱਕ ਹੋਰ ਮਹਾਨ ਦਿਨ ਹੈ ਜਿਹੜਾ ਸਾਰੀ ਦੁਨੀਆ ਦੇ ਵਿੱਚ ਈਸਾਈ ਭਾਈਚਾਰਾ ਵਧਾਈ ਦੀ ਪਾਤਰ ਹੈ, ਈਸਾ ਮਸੀਹ ਦਾ ਜਨਮ ਦਿਨ, ਜੋ ਉਹਨਾਂ ਦਾ ਜਨਮ ਬੈਥਲਹਿਮ ਵਿੱਚ ਹੋਇਆ, ਪਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਚਾਰ ਪ੍ਰਮੁੱਖ ਅੰਗ ਸਨ, ਉਹਨਾਂ ਦੀ ਸੈਕਰੀਫਾਈਸ, ਉਹਨਾਂ ਦਾ ਜਨਮ, ਉਹਨਾਂ ਦਾ ਟ੍ਰਾਇਲ, ਉਹਨਾਂ ਦੇ ਉੱਤੇ ਮੁਕੱਦਮਾ ਚਲਾਇਆ ਜਾਣਾ, ਉਹਨਾਂ ਦੀ ਕ੍ਰੂਸੀਫਿਕੇਸ਼ਨ ਔਰ ਉਹਦੇ ਬਾਅਦ ਰਿਸਰੈਕਸ਼ਨ, ਦੁਬਾਰਾ ਉਹਨਾਂ ਦਾ ਉੱਠ ਖੜ੍ਹੇ ਹੋਣਾ, ਕਬਰ ਦੇ ਵਿੱਚੋਂ ਗਾਇਬ ਹੋ ਜਾਣਾ ਔਰ ਦੁਬਾਰਾ ਉਹਨਾਂ ਦਾ ਪ੍ਰਗਟ ਹੋ ਜਾਣਾ। ਈਸਾਈ ਸਾਰੀ ਦੁਨੀਆ ਦੇ ਵਿੱਚ ਇਹਨਾਂ ਅਦੁੱਤੀ ਘਟਨਾਵਾਂ ਨੂੰ ਮੰਨਦੀਆਂ ਹਨ ਔਰ ਉਸ ਦੇ ਉੱਤੇ ਅਕੀਦਾ ਰੱਖਦੀਆਂ ਹਨ, ਵਿਸ਼ਵਾਸ ਰੱਖਦੀਆਂ ਹਨ, ਭਰੋਸਾ ਰੱਖਦੀਆਂ ਹਨ। ਕਿਸੇ ਵੀ ਧਰਮ ਦਾ ਮਿਸਟਿਫ ਜਿਹੜਾ ਮਿਸਟਿਕ ਅੰਗ ਹੈ, ਰਹੱਸਵਾਦ ਜੋ ਹੈ, ਉਹ ਇੱਕ ਬਹੁਤ ਵੱਡਾ ਅੰਗ ਹੁੰਦਾ ਹੈ, ਔਰ ਸਾਰੇ ਦੀ ਸਾਰੀ ਈਸਾਈ ਭਾਈਚਾਰੇ ਨੇ ਉਸ ਨੂੰ ਅਪਣਾ ਕੇ ਰੱਖਿਆ ਹੈ। ਵਰਜਨ ਮੇਰੀ ਤੋਂ ਉਹਨਾਂ ਦਾ ਜਨਮ, ਉਹਨਾਂ ਦੀ ਸ਼ਹਾਦਤ, ਔਰ ਉਹ ਸ਼ਹਾਦਤ ਵੀ ਈਸਾ ਮਸੀਹ ਦੀ ਦੂਸਰਿਆਂ ਦੇ ਪਾਪਾਂ ਨੂੰ ਆਪਣੇ ਸਿਰ ਲੈਣ ਕਰਕੇ ਹੋਈ। ਉਹ ਦੂਸਰਿਆਂ ਦੇ ਪਾਪਾਂ ਨੂੰ ਉਹਨਾਂ ਨੇ ਆਪਣੇ ਸਰੀਰ ਦੇ ਉੱਤੇ ਧਾਰਨ ਕੀਤਾ, ਔਰ ਉਸ ਦੇ ਕਰਕੇ ਜਦੋਂ ਉਹਨਾਂ ਨੂੰ ਕ੍ਰੂਸੀਫਾਈ ਕੀਤਾ, ਸੂਲੀ ਦੇ ਉੱਤੇ ਚੜਾਇਆ, ਉਹਨਾਂ ਨੂੰ ਦੱਸਣ ਲਈ ਉਹਨਾਂ ਦੇ ਦੋਨੋਂ ਪਾਸੇ, ਇੱਕ ਪਾਸ ਜਿਹੜੇ ਉਸ ਵੇਲੇ ਦੇ ਬਦਮਾਸ਼ ਔਰ ਚੋਰ ਸਨ, ਉਹ ਉਹਨਾਂ ਦੇ ਦੋਨੋਂ ਪਾਸੇ ਉਹਨਾਂ ਨੇ ਉਹਨਾਂ ਨੂੰ ਵੀ ਸੂਲੀ ਦੇ ਉੱਤੇ ਟੰਗਿਆ। ਸੋ ਸਾਰੇ ਜਿਹੜੇ ਵੀ ਇਸ ਤਿਉਹਾਰ ਨੂੰ, ਈਸਾ ਮਸੀਹ ਦੇ ਜਨਮ ਦਿਨ ਨੂੰ ਮਨਾ ਰਹੇ ਹਨ, ਉਹਨਾਂ ਨੂੰ ਬਹੁਤ ਬਹੁਤ ਵਧਾਈ ਹੈ। ਅਸੀਂ ਕੁਝ ਕੁ ਸੁਰਖੀਆਂ ਦੀ ਗੱਲਬਾਤ ਕਰਾਂਗੇ, ਤੁਹਾਡੇ ਨਾਲ ਉਹ ਸਾਂਝੀਆਂ ਕਰਾਂਗੇ, ਕਿਉਂਕਿ ਉਹ ਵੀ ਜ਼ਰੂਰੀ ਹਨ। ਸਭ ਤੋਂ ਪਹਿਲੀ ਗੱਲ, ਜਿਹੜਾ ਭਾਈ ਗੁਰਬਖਸ਼ ਸਿੰਘ ਦਾ
ਉਹ ਜੋ ਉਹਨਾਂ ਨੇ ਮਰਨ ਵਰਤ ਆਰੰਭਿਆ ਸੀ ਕਿ ਜਿਹੜੇ ਸਿੰਘਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਰਿਹਾਅ ਕੀਤਾ ਜਾਏ ਔਰ ਆਸ ਹੈ ਕਿ ਇਹ ਸ਼ਾਇਦ ਪੂਰਾ ਹੋਏਗਾ। ਪਰ ਇਸ ਦੇ ਨਾਲ ਹੀ ਜਿਵੇਂ ਹੁੰਦਾ ਆਇਆ ਹੈ, ਗੱਲ ਸਿਰਫ ਵਿਤਕਰੇ ਦੀ ਹੁੰਦੀ ਹੈ। ਜਦੋਂ ਵੀ ਸਾਡੀ ਗੱਲ ਆਏ ਸਾਡੇ ਨਾਲ ਵੱਖਰਾ ਔਰ ਵਿਤਕਰੇ ਭਰਿਆ ਸਲੂਕ ਕੀਤਾ ਜਾਂਦਾ ਹੈ। ਹੁਣ ਵੀ ਜੇਕਰ ਦੋਸ਼ੀ ਹਨ ਜਿਹੜੇ ਸ਼ਰੇਆਮ ਕਾਤਲ ਹਨ, ਜਿਨ੍ਹਾਂ ਨੇ ਸ਼ਰੇਆਮ ਉਹ ਸਾਰੇ ਗੁਨਾਹ ਕੀਤੇ ਹਨ, ਉਹ ਦੰਦਲਾਂ ਦੇ ਫਿਰ ਰਹੇ ਹਨ, ਉਹਨਾਂ ਨੂੰ ਕਿਸੇ ਨੇ ਨਾ ਪੁੱਛਿਆ ਹੈ ਨਾ ਸਜ਼ਾ ਦਿੱਤੀ ਹੈ, ਉਲਟਾ ਉਹਨਾਂ ਨੂੰ ਨਿਵਾਜਿਆ ਹੈ ਔਰ ਉੱਚੇ ਅਹੁਦਿਆਂ ਦੇ। ਪਰ ਹੁਣ ਇੱਕ ਨਵੇਂ ਕਿਸਮ ਦਾ ਹਮਲਾ ਕੌਮ ਦੇ ਉੱਤੇ ਕੀਤਾ ਜਾ ਰਿਹਾ ਹੈ ਕਿ ਇਹਨਾਂ ਨੂੰ ਅੱਤਵਾਦੀ ਔਰ ਉਗਰਵਾਦੀ ਔਰ ਟੈਰਰਿਸਟ ਕਹਿ ਕੇ ਫਿਰ ਭੰਡਣ ਦੀ ਔਰ ਫਿਰ ਉਸੇ ਚੀਜ਼ ਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦੇ ਉੱਤੇ ਪਹਿਲਾਂ ਵੀ ਬਹੁਤ ਕੁਝ ਹੋ ਚੁੱਕਾ ਹੈ ਔਰ ਸ਼ਾਇਦ ਕਿਸੇ ਵੀ ਵਿਤਕਰੇ ਦੀ ਆਰੰਭਤਾ ਕਿਸੇ ਨੂੰ ਅੱਤਵਾਦੀ ਜਾਂ ਹੋਰ ਭੈੜੇ ਨਾਵਾਂ ਦੇ ਨਾਲ ਕਰਾਰ ਦੇ ਦਿੱਤਾ ਜਾਣਾ। ਜਿਸ ਤਰ੍ਹਾਂ ਹੁਣੇ ਜ਼ਿਕਰ ਕੀਤਾ, ਹਜ਼ਰਤ ਈਸਾ ਮਸੀਹ ਨੂੰ, ਉਹ ਮਹਾਨ ਧਾਰਮਿਕ ਆਤਮਾ ਸੀ, ਪਰ ਉਹਦੇ ਨਾਲ ਦੋ ਚੋਰਾਂ ਨੂੰ ਕਰੂਸੀਫਾਈ ਕਰਨਾ ਇਹ ਦੱਸਣ ਲਈ ਕਿ ਇਹਨਾਂ ਦੀ ਕੈਟਗਰੀ ਇਹ ਹੈ। ਸੋ ਇਹ ਰੇੜਕਾ ਤਾਂ ਖਤਮ ਹੋਏਗਾ, ਪਰ ਲੱਗਦਾ ਹੈ ਸ਼ਾਇਦ ਫਿਰ ਦੂਸਰਾ ਰੇੜਕਾ ਆਰੰਭ ਕਰਨ ਵਾਲੀ ਗੱਲਬਾਤ ਹੋਏਗੀ। ਦੂਸਰੀ ਛੋਟੀ ਸੁਰਖੀ ਹੈ, ਭਾਰਤ ਦੇ ਵਿੱਚ ਵੱਖ ਵੱਖ ਫਿਰਕੇ ਹਨ, ਵੱਖ ਵੱਖ ਕੌਮਾਂ ਹਨ, ਵੱਖ ਵੱਖ ਧਰਮ ਹਨ ਔਰ ਹਰ ਧਰਮ ਧਾਰਮਿਕ ਅਕੀਦੇ ਦੀ ਇੱਕ ਮੰਗ ਹੁੰਦੀ ਹੈ ਕਿ ਸਾਨੂੰ ਸਾਡੇ ਧਰਮ ਨੂੰ ਰੈਕੋਗਨੀਸ਼ਨ ਦਿੱਤੀ ਜਾਏ। ਇਹ ਮੁੱਢਲੀ ਮੰਗ ਹੁੰਦੀ ਹੈ, ਪਰ ਅਫਸੋਸ ਦੀ ਗੱਲ ਹੈ, ਖਾਸ ਕਰਕੇ ਜਦੋਂ ਸਿੱਖਾਂ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦੀ ਇਸ ਬੁਨਿਆਦੀ ਹੱਕ ਦੀ ਗੱਲ ਨੂੰ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਕਿ ਸਿੱਖ ਇੱਕ ਆਜ਼ਾਦ ਔਰ ਸੰਪੂਰਨ ਕੌਮ ਹੈ, ਇੱਕ ਧਰਮ ਹੈ। ਇਸ ਹੱਕ ਨੂੰ ਲੈਣ ਲਈ ਵੀ ਅਗਰ ਜਦੋਂ ਜਹਿਦ ਕਰਨੀ ਪਵੇ ਤਾਂ ਇਸ ਤੋਂ ਵੱਧ ਮੰਦਭਾਗੀ ਗੱਲ ਕਿਹੜੀ ਹੋ ਸਕਦੀ ਹੈ। ਹੁਣ ਜੈਨ, ਜਿਨ੍ਹਾਂ ਨੂੰ ਆਮ ਤੌਰ ਦੇ ਉੱਤੇ ਹਿੰਦੂ ਸਮਾਜ ਦਾ, ਹਿੰਦੂ ਪੰਥ ਦਾ ਅੰਗ ਮੰਨਿਆ ਜਾਂਦਾ ਹੈ ਔਰ ਜਿਨ੍ਹਾਂ ਦੀ ਗਿਣਤੀ ਹਿੰਦੁਸਤਾਨ ਦੇ ਵਿੱਚ ਬਹੁਤ ਘੱਟ ਹੈ, ਬਹੁਤ ਥੋੜ੍ਹੀ ਜਿਹੀ ਉਹਨਾਂ ਦੀ ਗਿਣਤੀ ਹੈ, ਜਿਹੜੀ ਕਿ 0.4% ਹੈ, 0.4% ਜਿਹੜੀ ਪਾਪੂਲੇਸ਼ਨ ਹੈ ਉਹਨਾਂ ਦੀ ਜੈਨੀਆਂ ਦੀ ਹੈ। ਔਰ ਭਾਰਤ ਦੇ ਵਿੱਚ ਅਗਰ ਜਨਗਣਨਾ ਦੇ ਹਿਸਾਬ ਨਾਲ ਦੇਖਿਆ ਜਾਏ ਤਾਂ ਮੁਸਲਮਾਨਾਂ ਦੀ ਗਿਣਤੀ 13.4% ਹੈ ਔਰ ਕ੍ਰਿਸਚਨਸ ਦੀ 2.3% ਹੈ, ਸਿੱਖਾਂ ਦੀ ਕੇਵਲ 1.9% ਹੈ, ਬੁੱਧਿਸਟ 0.8% ਹੈ ਔਰ ਪਾਰਸੀ 0.4% ਹੈ। ਪਾਰਸੀ ਔਰ ਜੈਨ ਦੋਨਾਂ ਦੀ ਗਿਣਤੀ ਇੱਕ ਬਰਾਬਰ ਹੈ। ਭਾਰਤ ਦੇ ਵਿੱਚ ਇੱਕ ਮਿਨੋਰਿਟੀਜ਼ ਕਮਿਸ਼ਨ ਨੈਸ਼ਨਲ ਕਮਿਸ਼ਨ ਆਫ ਮਿਨੋਰਿਟੀਜ਼ ਐਕਟ 1992 ਦਾ ਬਣਿਆ ਹੈ, ਜਿਹਦੇ ਵਿੱਚ ਘੱਟ ਗਿਣਤੀਆਂ ਨੂੰ ਰੈਕੋਗਨਾਈਜ਼ ਕੀਤਾ ਜਾਂਦਾ ਹੈ। ਫਿਲਹਾਲ ਉਹਦੇ ਵਿੱਚ ਈਸਾਈ, ਸਿੱਖ, ਬੋਧੀ, ਪਾਰਸੀ ਇਹਨਾਂ ਨੂੰ ਸ਼ਾਮਿਲ ਕੀਤਾ ਗਿਆ ਸੀ, ਪਰ ਜੈਨੀਆਂ ਦੀ ਇੱਕ ਬਹੁਤ ਵੱਡੀ ਮੰਗ ਔਰ ਬਹੁਤ ਦੇਰ ਦੀ ਮੰਗ ਸੀ ਕਿ ਉਹ ਹਿੰਦੂ ਨਹੀਂ ਹਨ, ਉਹ ਆਪਣੇ ਆਪ ਨੂੰ ਹਿੰਦੂ ਨਹੀਂ ਅਖਵਾਉਣਾ ਚਾਹੁੰਦੇ, ਉਹ ਹਿੰਦੂ ਧਰਮ ਦਾ ਅੰਗ ਨਹੀਂ ਹਨ। ਉਹਨਾਂ ਨੂੰ ਇੱਕ ਘੱਟ ਗਿਣਤੀ ਦੇ ਤੌਰ ਦੇ ਉੱਤੇ ਗੈਰ ਹਿੰਦੂ ਮੰਨਦਿਆਂ ਹੋਇਆਂ ਉਹਨਾਂ ਨੂੰ ਵੀ ਮਿਨੋਰਿਟੀਜ਼ ਐਕਟ ਦੇ ਵਿੱਚ ਸ਼ਾਮਿਲ ਕੀਤਾ ਜਾਏ। ਹੁਣ ਭਾਰਤ ਸਰਕਾਰ ਨੇ ਉਹਨਾਂ ਦੀ ਮੰਗ ਮੰਨਣ ਦਾ ਇਰਾਦਾ ਬਣਾ ਲਿਆ ਹੈ ਔਰ ਉਹਨਾਂ ਲਈ, ਜੈਨੀਆਂ ਲਈ ਵੀ, ਉਹਨਾਂ ਨੂੰ ਵੱਖਰਾ ਇੱਕ ਧਰਮ ਮੰਨਦਿਆਂ ਹੋਇਆਂ, ਸੈਪਰੇਟ ਰਿਲੀਜਨ ਮੰਨਦਿਆਂ ਹੋਇਆਂ ਉਹਨਾਂ ਨੂੰ ਨੈਸ਼ਨਲ ਮਿਨੋਰਿਟੀ ਤਸਲੀਮ ਕੀਤਾ ਜਾਏਗਾ ਔਰ ਉਹਦੇ ਵਿੱਚ ਉਹਨਾਂ ਨੂੰ ਸ਼ਾਮਿਲ ਕੀਤਾ ਜਾਏਗਾ। ਕੈਨੇਡਾ ਦੇ ਵਿਧਾਇਕ
ਓਨਟਾਰੀਓ ਓਐਨਡੀਪੀ ਪਾਰਟੀ ਦੇ ਜਗਮੀਤ ਸਿੰਘ ਧਾਲੀਵਾਲ ਜਿਨ੍ਹਾਂ ਨੂੰ ਸਿੱਖ ਆਫ ਦਾ ਈਅਰ ਅਵਾਰਡ ਮਿਲਣਾ ਸੀ ਔਰ ਪੰਜਾਬ ਉਹਨਾਂ ਨੇ ਜਾਣਾ ਸੀ ਪਰ ਭਾਰਤ ਸਰਕਾਰ ਨੇ ਉਹਨਾਂ ਤੋਂ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਔਰ ਉਸਦਾ ਕੋਈ ਕਾਰਨ ਵੀ ਨਹੀਂ ਦੱਸਿਆ ਗਿਆ ਪਰ ਕੁਦਰਤੀ ਤੌਰ ਦੇ ਉੱਤੇ ਉਹਨਾਂ ਦੇ ਵਿਚਾਰਾਂ ਦੀ ਵਜ੍ਹਾ ਕਰਕੇ ਉਹਨਾਂ ਨੂੰ ਜਿਹੜੇ ਕਿ ਕਿਸੇ ਮੁਲਕ ਦੇ ਵਿੱਚ ਵਿਧਾਇਕ ਹੋਣ ਔਰ ਉਹਨਾਂ ਨੂੰ ਵੀ ਭਾਰਤ ਵਿੱਚ ਵੀਜ਼ਾ ਮਿਲਣ ਤੋਂ ਇਨਕਾਰ ਕਰ ਦਿੱਤਾ ਗਿਆ ਹਾਲਾਂਕਿ ਧਾਲੀਵਾਲ ਕਈ ਵਾਰ ਪਹਿਲਾਂ ਵੀ ਹਿੰਦੁਸਤਾਨ ਦੇ ਵਿੱਚ ਸਫ਼ਰ ਕਰ ਚੁੱਕੇ ਹਨ ਇੱਕ ਹੋਰ ਛੋਟੀ ਜਿਹੀ ਸੁਰਖੀ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਇਹ ਮੰਗ ਕੀਤੀ ਸੀ ਕਿ ਜੱਟ ਸਿੱਖਾਂ ਨੂੰ ਵੀ ਅਦਰ ਬੈਕਵਰਡ ਕਲਾਸਿਸ ਦੇ ਵਿੱਚ ਪਛੜੀਆਂ ਸ਼੍ਰੇਣੀਆਂ ਦੇ ਵਿੱਚ ਸ਼ਾਮਿਲ ਕੀਤਾ ਜਾਏ ਔਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸੇ ਮੰਗ ਨੂੰ ਦੁਹਰਾਇਆ ਸੀ ਔਰ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਇੱਥੋਂ ਤੱਕ ਕਿਹਾ ਕਿ ਜੱਟ ਸਿੱਖਾਂ ਨੂੰ ਪਛੜੇ ਹੋਏ ਨਾ ਮੰਨਣਾ ਇਹ ਜੱਟ ਸਿੱਖਾਂ ਦੇ ਨਾਲ ਬੇਇਨਸਾਫੀ ਹੈ ਜਿਹੜੀ ਮੁਲਕ ਦੇ ਲਈ ਖਤਰਨਾਕ ਹੋ ਸਕਦੀ ਹੈ ਰਾਜਨੀਤੀ ਇੱਕ ਪਾਸੇ ਹੋਏ ਪਰ ਇਸ ਦੇ ਵਿੱਚ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਨੇ ਇੱਕ ਬਹੁਤ ਹੀ ਅਜੀਬ ਜਿਹੀ ਔਰ ਜੇਕਰ ਕਹਿ ਲਿਆ ਜਾਏ ਅਤਕਥਨੀ ਨਹੀਂ ਹੋਏਗੀ ਕਾ ਇੱਕ ਖਤਰਨਾਕ ਦਲੀਲ ਦਿੱਤੀ ਹੈ ਇਸ ਮੰਗ ਦੇ ਹਮਾਇਤ ਦੇ ਵਿੱਚ ਉਹਨਾਂ ਦਾ ਇਹ ਕਹਿਣਾ ਹੈ ਕਿ ਧਾਰਾ 25 ਦੇ ਮੁਤਾਬਕ ਸੰਵਿਧਾਨ ਦੀ ਧਾਰਾ 25 ਦੇ ਮੁਤਾਬਕ ਕਿਉਂਕਿ ਸਿੱਖ ਹਿੰਦੂ ਮੰਨੇ ਜਾਂਦੇ ਹਨ ਇਸ ਲਈ ਸਾਨੂੰ ਵੀ ਹਿੰਦੂਆਂ ਨੂੰ ਮਿਲਦਾ ਹੋਇਆ ਇਹ ਬੈਨੀਫਿਟ ਇਹ ਰਿਆਇਤ ਸਾਨੂੰ ਵੀ ਮਿਲਣੀ ਚਾਹੀਦੀ ਹੈ ਯਾਦ ਹੋਏਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਧਾਰਾ 25 ਨੂੰ ਸਾੜਿਆ ਸੀ ਦਿੱਲੀ ਦੇ ਵਿੱਚ ਅੱਜ ਅਕਾਲੀ ਦਲ ਉਸੇ ਧਾਰਾ 25 ਦੀ ਓਟ ਦੇ ਵਿੱਚ ਮੰਗ ਕਰ ਰਿਹਾ ਹੈ ਕਿ ਕਿਉਂਕਿ ਅਸੀਂ ਵੀ ਹਿੰਦੂ ਹੀ ਹਾਂ ਧਾਰਾ 25 ਦੇ ਮੁਤਾਬਕ ਸਾਨੂੰ ਇਹ ਹੱਕ ਮਿਲਣਾ ਚਾਹੀਦਾ ਸੋ ਇਹ ਕੁਝ ਕੁ ਸੁਰਖੀਆਂ ਹਨ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਪਰ ਇਹ ਸਾਰੀਆਂ ਦੀਆਂ ਸਾਰੀਆਂ ਤੁਹਾਡੇ ਗੰਭੀਰ ਵਿਚਾਰਾਂ ਦੀ ਮੰਗ ਕਰਦੀਆਂ ਹਨ ਔਰ ਲੋੜ ਹੈ ਕਿ ਚੇਤੰਨ ਹੋਈਏ ਅਸੀਂ ਜੇਕਰ ਸਮਾਜਿਕ ਜੀਵ ਹਾਂ ਤਾਂ ਸਾਡੇ ਸਮਾਜ ਦੇ ਨਾਲ ਸਾਡੇ ਆਲੇ ਦੁਆਲੇ ਜੋ ਕੁਝ ਵਾਪਰਦਾ ਹੈ ਸਾਨੂੰ ਉਸ ਤੋਂ ਖਬਰਦਾਰ ਹੋਣਾ ਚਾਹੀਦਾ ਹੈ ਔਰ ਖਬਰਦਾਰ ਹੀ ਨਹੀਂ ਉਸ ਦੇ ਉੱਤੇ ਸਾਨੂੰ ਬਣਦੀ ਕਾਰਵਾਈ ਵੀ ਕਰਨ ਦੀ ਲੋੜ ਹੈ ਨਹੀਂ ਤਾਂ ਐਸਾ ਨਾ ਹੋਏ ਕਿ ਪਹਿਲਾਂ ਵੀ ਕਾਨੂੰਨ ਬਣਦੇ ਰਹੇ ਲਾਗੂ ਹੁੰਦੇ ਰਹੇ ਔਰ ਹੁਣ ਤੋਂ 50 ਸਾਲ ਬਾਅਦ ਸਾਨੂੰ ਇਹ ਖਿਆਲ ਆਉਂਦਾ ਹੈ ਕਿ ਇਹ ਸਾਡੇ 'ਤੇ ਲਾਗੂ ਹੋ ਚੁੱਕਾ ਹੈ ਸੋ ਚੇਤਨਤਾ ਦੀ ਅਲਰਟਨੈਸ ਦੀ ਲੋੜ ਹੈ ਪਰ ਉਸ ਤੋਂ ਪਹਿਲੀ ਲੋੜ ਇਹ ਹੈ ਕਿ ਅਸੀਂ ਜਾਗਰੂਕ ਹੋਈਏ ਔਰ ਇਹਨਾਂ ਜਿਹੜੇ ਜੋ ਕੁਛ ਵੀ ਵਾਪਰਦਾ ਹੈ ਉਹਦੇ ਪ੍ਰਤੀ ਚੇਤੰਨ ਹੋ ਕੇ ਅਸੀਂ ਉਸਨੂੰ ਡੂੰਘੇ ਤੌਰ ਦੇ ਉੱਤੇ ਵਿਚਾਰ ਜ਼ਰੂਰ ਕਰੀਏ ਸਮਾਂ ਹੈ ਇੱਕ ਵਕਫੇ ਦਾ ਉਸ ਤੋਂ ਬਾਅਦ ਅਸੀਂ ਮੁੜ ਹਾਜ਼ਰ ਹੋਵਾਂਗੇ ਤੁਸੀਂ ਥੋੜ੍ਹੇ ਜਿਹੇ ਇੰਤਜ਼ਾਰ ਦੇ ਬਾਅਦ ਤੁਸੀਂ ਸਾਡੇ ਨਾਲ ਬਣੇ ਰਹੋ ਗੁਰੂ ਗੋਬਿੰਦ ਸਿੰਘ ਦੇ ਹੀਰੇ ਪੁੱਤਰ ਉਹਨਾਂ ਨੇ ਕੰਧਾਂ 'ਚ ਚੜੇ ਭੈੜਿਆ ਦੇਖੋ 6 ਸਾਲ ਦੇ ਬੱਚੇ ਨੂੰ ਚੇਤਾ ਕਰਕੇ ਕਿੱਡਾ ਗੁੰਦਾ ਪੋਤਰਾ ਕਿੱਥੋਂ ਭੱਜ ਕੇ ਤੇਰੀ ਗੋਦੀ ਚੜਦਾ ਜੇ ਮਹਾਰਾਜਾ ਫਤਿਹ ਸਿੰਘ ਸ਼ਹੀਦ ਦਾ ਹੁੰਦਾ ਭੈੜਿਆ ਜਲਾਦਾ ਹੀਰੇ ਕੰਧਾਂ 'ਚ ਚੜੇ ਜੋ
Preet Furniture of Punjab Nawa Shahar proudly announces their brand new showroom. Come and see variety of furniture for living room, dining room, bedroom, kids room, office furniture and more. Buy ready-made or custom-made, Preet Furniture can do it all. Te apni pasanda furniture kharido. Valinder Singh ji nu aaj hi call karo 718-849-4530 or 917-774-8566. Preet Furniture. Only at Raj Jewels, Bansal Group. अरे हुजूर सुबह सुबह इतना खूबसूरत तोहफा खास है रसमलाई वाह देसी काजू के दानों से बनी दूध मलाई और मिठास हल्की सी काजू कतली बंबई से लाई नहीं अंकल जी शामियाना मिठाई मेड इन अमेरिका शामियाना मिठाई मेड प्योर मेड फ्रेश मेड हियर ना साजो ना बाजो ना फौजो ना फर्श पर खुदावंद बख्शंद है ऐश अर्श मेनू इस जंड थले बैठे नू पुत्रां दी शहादत तो बाद जेड़ा सकून अस अकाल पुरख ने दिता है ओ सकून ना सूबा सरहंद कोले ते ना औरंगजेब दे कोल ਗੰਗੂ ਖੇਡ ਗਿਆ ਚਾਲ ਨੀਹੀ ਚਣੇ ਦੋਵੇਂ ਲਾਲ ਗੰਗੂ ਖੇਡ ਗਿਆ ਚਾਲ ਨੀਹੀ ਚਣੇ ਦੋਵੇਂ ਲਾਲ ਸੁਰਤੀ ਆਪਣੀ ਸਰੰਦ ਵੱਲ ਲੈ ਜਾ ਕਿਤੇ ਪੜ ਸੋਚੇ ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਅਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ ਅਸੀਂ ਉਹਨਾਂ ਮਹਾਨ ਸੂਰਬੀਰਾਂ ਉਹ ਸ਼ਹਾਦਤ ਭਾਵੇਂ ਜ਼ਿਕਰ ਤਾਂ ਆਮ ਤੌਰ ਦੇ ਉੱਤੇ ਚਾਰ ਸਾਹਿਬਜ਼ਾਦਿਆਂ ਦਾ ਆਉਂਦਾ ਹੈ ਪਰ ਉਹਨਾਂ ਦੇ ਨਾਲ ਮਾਤਾ ਜੀ ਸ਼ਹੀਦ ਹੋਏ ਗੁਰੂ ਸਾਹਿਬ ਦੇ ਪਿਆਰੇ ਸ਼ਹੀਦ ਹੋਏ ਗੁਰੂ ਸਾਹਿਬ ਦੇ ਉਹ ਸਿੰਘ ਸ਼ਹੀਦ ਹੋਏ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਗੁਰੂ ਨੂੰ ਅਰਪਣ ਕਰ ਦਿੱਤਾ ਸੀ ਇੱਕ ਦਫ਼ਾ ਗੁਰੂ ਕਲਗੀਧਰ ਪਿਤਾ ਨੇ ਸਿੰਘ ਜਿਵੇਂ ਬੱਚੇ ਬਾਪ ਨਾਲ ਸਵਾਲ ਜਵਾਬ ਕਰ ਲੈਂਦੇ ਹਨ ਗੁਰੂ ਕਲਗੀਧਰ ਪਿਤਾ ਨੂੰ ਇੱਕ ਸਿੱਖ ਨੇ ਪੁੱਛਿਆ ਸੱਚੇ ਪਾਤਸ਼ਾਹ ਤੁਸੀਂ ਤਾਂ ਖੁਦ ਕਹਿੰਦੇ ਹੋ ਇਹ ਪੂਜਾ ਦਾ ਤਾਨ ਬਹੁਤ ਮਾੜਾ ਹੈ ਜ਼ਹਿਰ ਹੈ ਕਿ ਤੁਸੀਂ ਵੀ ਪੂਜਾ ਦਾ ਤਾਨ ਨਹੀਂ ਲੈਂਦੇ ਦੇਖੋ ਕਿਤਨੀ ਜੁਰਅਤ ਹੈ ਕਿ ਸਿੱਖ ਗੁਰੂ ਦੇ ਨਾਲ ਇੰਨਾ ਅਪਣਤ ਹੈ ਇੰਨੀ ਨਿਘਤਾ ਹੈ ਇੰਨੀ ਨੇੜਤਾ ਹੈ ਕਿ ਉਹ ਗੁਰੂ ਦੇ ਨਾਲ ਸਿੱਧੀਆਂ ਗੱਲਾਂ ਕਰ ਸਕਦਾ ਭਾਈ ਮਰਦਾਨਾ ਜੀ ਸਿੱਖ ਹਨ ਪਰ ਗੁਰੂ ਸਾਹਿਬ ਨੂੰ ਕਹਿੰਦੇ ਹਨ ਜਨਮ ਸਾਖੀ ਦਾ ਕਰਤਾ ਲਿਖਦਾ ਸਤਿਗੁਰ ਸੱਚੇ ਪਾਤਸ਼ਾਹ ਨੂੰ ਭਾਈ ਮਰਦਾਨਾ ਜੀ ਕਹਿੰਦੇ ਹਨ ਬਾਬਾ ਤੇਰਾ ਮੇਰਾ ਬਹੁਤਾ ਫਰਕ ਨਹੀਂ ਤੂੰ ਖੁਦਾ ਦਾ ਡੂਮ ਮੈਂ ਤੇਰਾ ਡੂਮ ਤੂੰ ਰੱਬ ਦਾ ਮਰਾਸੀ ਹੈ ਮੈਂ ਤੇਰਾ ਮਰਾਸੀ ਹਾਂ ਕੰਮ ਦੋਨਾਂ ਦਾ ਇੱਕੋ ਹੈ ਇਹ ਮੁਕਾਮ ਹਾਸਲ ਕਰਨ ਲਈ ਕਿੰਨੀ ਕੁ ਨਿਘਤਾ ਕਿੰਨੀ ਕੁ ਨੇੜਤਾ ਕਿੰਨਾ ਕੁ ਪਿਆਰ ਹੋਏਗਾ ਪਹਿਲੇ ਜਾਮੇ ਦੇ ਵਿੱਚ ਸਿੱਖ ਗੁਰੂ ਨੂੰ ਕਹਿ ਰਿਹਾ ਮੇਰੇ ਔਰ ਤੇਰੇ ਵਿੱਚ ਕੋਈ ਫਰਕ ਨਹੀਂ ਦਸਵੇਂ ਜਾਮੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਸਿੱਖ ਨੂੰ ਕਹਿ ਰਿਹਾ ਜਾਂ ਮੈਂ ਭੇਦ ਨਾ ਰੰਚ ਪਛਾਣੋ ਮੇਰੇ ਤੁਹਾਡੇ ਵਿੱਚ ਕੋਈ ਫਰਕ ਨਹੀਂ ਔਰ ਵੱਡੇ ਘੱਲੂਘਾਰੇ ਦੇ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਚਨ ਕੀਤੇ ਸੀ ਇਨਹੀਂ ਕੀ ਕਿਰਪਾ ਕਿ ਸਜੇ ਹਮ ਹੈ ਨਹੀਂ ਮੋਸੋਂ ਗਰੀਬ ਕਰੋਰ ਪਰੇ ਕਿੰਨਾ ਉੱਚਾ ਮੁਕਾਮ ਉਹਨਾਂ ਨੂੰ ਦੇ ਦਿੱਤਾ ਔਰ ਵੱਡੇ ਘੱਲੂਘਾਰੇ ਵੇਲੇ ਸਿੱਖ ਗੁਰੂ ਨੂੰ ਕਹਿ ਰਹੇ ਹਨ
हे गुरु ग्रंथ साहिब जे तू बचना फिर सानू बचा ले, जे पंथ ना रहा तो ग्रंथ को कौन पूछेगा। था यह जज्बा है सिख और गुरु दे विचकार भेद मिट जाता है, एक मिक हो जाते हैं। सिख गुरु नहीं गुरु रूप हो जाता है, गुरु होना और गुरु रूप होना बड़ा फर्क है। सतगुरु सच्चे पातशाह नूं जदों इह पुछिया कि की तुसी भी पूजा का तान नहीं लैंदे, सतगुरां ने बचन कहे कि तुहानूं अजे लैण और देण की प्रक्रिया का नहीं पता। जदों अमानती बैंकर जिवें किसी कोलों कोई लैंदा है माया उसनूं उहदे विच सूद मिला के वापस दिंदा है। तुसी इह वेखोगे जदों मैं तुहाडे कोलों जो कुछ भी लवांगा वो मेरे नाँ दे उत्ते मेरे पिछे कुछ भी नहीं होएगा। मैं अपने परिवार लई अपने घर लई अपने किसी मकसद लई कुछ भी नहीं रखांगा, बल्कि अपना सारा कुछ मिला के सारा कुछ खालसे नूं अर्पण कर देंगा। होर तां होर गुरु साहब की सब तो पावन पवित्र और प्यारी जिहड़ी उहनां दी इमारत है उसका नाम ही ना तो साहबजादियां दे नाँ ते ना गुरु साहब के नाते ना माता जी के नाते ना गुरु पिता के नाते उन्होंने सब तो प्यारी चीज़ सब तो अजीज़ जो चीज़ सी उसका नाम ही ब्लैसड फोर्ट ऑफ अनकट हेयर रख्या, तखत श्री केसगढ़ साहब रख्या। जदों साहबजादियां दी शहादत की खबर मिली सिख अफसोस करन आए, बेबल सन, गुरु साहब नूं कहन लगे साहबजादियां दी चले जाण दा दुख है। हजूर ने फरमाया संत मुए क्या रोईए जे अपने ग्रह जाए, रोवो साकत वापरे जे हाटे हाट विकाए। उन्हां नूं गुरु साहब ने जो बचन कहे वो कहन लगे कि साहबजादियां दे चले जाण दा अफसोस ना करना। हजूर ने कहा सो सोचन के जोग समाना, जे तुसी अफसोस ही करना है फिर उन्हां दे घरां विच जाके करो, उन्हां दे रिश्तेदारां नूं अफसोस करो। धर्म त्याग जिन किए पाप नाना, जिन्हां ने धर्म छड़ दिता धर्म त्याग दिता पापां नूं अपना लिया। सो सोचन के जोग समाना, धर्म त्याग जिन किए पाप नाना, सो सोचन के जोग विसाले तजे सुपंथ कुमार्ग चाले। जेड़े इस उत्तम पंथ दा राह छड़ के कुपंथ कुराहे पै गए हैं उन्हां दे जाके तुहानू अफसोस करन दी लोड़ है। साहिब साधे अंग संग हन, हमेशा नाल हन और हमेशा ही वो प्रेरणा दिंदे रहनगे रहिंदी दुनिया तक। वो हमेशा ही एक ऐसा प्रेरणा स्रोत है और वाकई ही ये गल सही है। उस तो बाद की होया, अजे साहिबां दे साहिबजादियां दे और सतगुरु दे जाण दे थोड़े समय बाद ही जो कुछ पंजाब दे विच वापरिया जो कुछ कीता, कल भी जिक्र कीता सी अखबारे दरबारे मुआला जिहड़े सरकारी अखबार दियां रिपोर्टां हन, सरकारी रिपोर्टां हन जिहड़ियां रिपोर्टां रोज़ गवर्नमेंट नूं भेजियां जांदियां सी, दिल्ली दे तख्त नूं भेजियां जांदियां सी, उह सारियां दियां सारियां रिपोर्टां पंजाबी यूनिवर्सिटी पटियाला ने अंग्रेज़ी विच तर्जमा करके डॉक्टर गंडा सिंह जी ने करके अखबारे दरबारे मुआला दे नां दे उत्ते छापियां। कदी तुसीं उहनां नूं पढ़न की कोशिश करो। एक जगह उहदे विच लिख रहा है, मैं सिर्फ एक दो हवाले उहदे विचों देना चाहवांगा। वह लिख रहा है कि जंग हो रही है, बाबा बंदा सिंह बहादुर इतनी दलेरी दे नाल वो लड़ रहे हैं, इतनी बहादुरी दे नाल लड़ रहे हैं कि रोला पै गया है, लोग मनन नूं तैयार नहीं हैं। वो सारे कह रहे हैं ये गुरु गोबिंद सिंह खुद लड़ रहे हैं। एक बहुत वड्डा भुलेखा पै गया, एक केड़ी ताकत सी, एक केड़ी शक्ति सी जिसने प्रेरणा दे दित्ती। जेकर गुरु साहब दे लखते जिगर अपना सारा कुछ वार सकते हैं तां सिंघां नूं ओ प्रेरणा दा स्रोत की ए नहीं। असरारे समदी अब्दुल समद खान उसदा वजीर
ਅਸਰਾਰ ਸਮਦੀ ਦੇ ਵਿੱਚ ਲਿਖਦਾ ਹੈ। ਉਹ ਕਹਿੰਦਾ ਮੈਂ ਖੁਦ ਵੇਖ ਰਿਹਾ ਹਾਂ, ਮੈਂ ਖੁਦ ਦੇਖਦਾ ਹਾਂ ਸਿੱਖ ਭੁੱਖ ਦੇ ਨਾਲ ਉਹਨਾਂ ਦੀ ਹਾਲਤ ਇਤਨੀ ਖਰਾਬ ਹੋ ਚੁੱਕੀ ਹੈ ਕਿ ਉਹ ਕਮਾਨ ਦੀ ਤਰ੍ਹਾਂ ਲੱਗਦੇ ਹਨ। ਉਹਨਾਂ ਦਾ ਸਿਰ ਉਹਨਾਂ ਦੀ ਧੁੰਨੀ ਦੇ ਨਾਲ ਜਾ ਕੇ ਜੁੜ ਚੁੱਕਾ ਹੈ, ਦੂਰੇ ਹੋਏ ਹਨ ਭੁੱਖ ਦੇ ਨਾਲ, ਉਹਨਾਂ ਦਾ ਇਤਨਾ ਬੁਰਾ ਹਾਲ ਹੈ। ਔਰ ਉਹ ਅਸਰਾਰੇ ਸਮਦੀ ਦੇ ਵਿੱਚ ਲਿਖਦਾ ਹੈ ਕਿ ਮੈਂ ਖੁਦ ਵੇਖਿਆ ਹੈ ਸਿੱਖ ਮਿੱਟੀ ਖੁਰਚ ਕੇ ਇਸ ਤਰ੍ਹਾਂ ਖਾਂਦੇ ਹਨ ਜਿਵੇਂ ਗੁੜ ਖਾ ਰਹੇ ਹੋਣ। ਇਸ ਹਾਲਤ ਦੇ ਵਿੱਚ ਵੀ ਅਗਲੀ ਲਾਈਨ ਜਿਹੜੀ ਉਸਨੇ ਲਿਖੀ ਹੈ, ਉਹ ਕਹਿੰਦਾ ਮੈਂ ਹੈਰਾਨ ਹਾਂ ਕਿ ਜਦੋਂ ਇਹ ਕਿਸੇ ਦੁਸ਼ਮਣ ਨੂੰ ਵੇਖਦੇ ਹਨ, ਦੁਸ਼ਮਣ ਹਾਥੀ ਦੇ ਉੱਤੇ ਹੈ ਔਰ ਇਹ ਸਿੰਘ ਜਿਨ੍ਹਾਂ ਦੀ ਕਮਰ ਦੂਰੀ ਹੋਈ ਪਈ ਹੈ, ਮਿੱਟੀ ਖਾ ਕੇ ਜਿਹੜੇ ਗੁਜ਼ਾਰਾ ਕਰ ਰਹੇ ਹਨ, ਇਹ ਸ਼ੇਰ ਦੀ ਤਰ੍ਹਾਂ ਚੀਤੇ ਦੀ ਤਰ੍ਹਾਂ ਦੌੜ ਕੇ ਆਉਂਦੇ ਹਨ, ਹਾਥੀ ਦੇ ਉੱਤੇ ਚੜ੍ਹ ਕੇ ਉਸ ਦੁਸ਼ਮਣ ਨੂੰ ਥੱਲੇ ਲਾ ਲੈਂਦੇ ਹਨ। ਇਹ ਕਿਹੜੀ ਪ੍ਰੇਰਣਾ ਸੀ, ਇਹ ਕਿਹੜਾ ਖੂਨ ਸੀ, ਉਹ ਕਿਹੜੀ ਤਾਕਤ ਸੀ? ਨਿਸ਼ਚਿਤ ਤੌਰ ਦੇ ਉੱਤੇ ਸਾਹਿਬਜ਼ਾਦਿਆਂ ਨੇ ਉਹ ਜਿਹੜੀ ਪ੍ਰੇਰਣਾ ਦਿੱਤੀ, ਬਹੁਤ ਕਮਾਲ ਦਾ ਜ਼ਿਕਰ ਕੀਤਾ ਹੈ ਪ੍ਰਕਾਸ਼ ਸ਼ਿਮਲਵੀ ਨੇ। ਉਹ ਕਹਿੰਦਾ ਜਦੋਂ, ਔਰ ਇਹ ਗੱਲ ਸਹੀ ਹੈ, ਅਨੰਦਪੁਰ ਸਾਹਿਬ ਤੋਂ ਚਮਕੌਰ ਦੀ ਗੜੀ ਦਾ ਸਫ਼ਰ ਆਸਾਨ ਹੈ, ਪਰ ਚਮਕੌਰ ਦੀ ਗੜੀ ਤੋਂ ਬਾਅਦ ਮਾਛੀਵਾੜੇ ਦਾ ਸਫ਼ਰ ਬਹੁਤ ਕਠਿਨ ਹੈ, ਜਿੱਥੇ ਗੁਰੂ ਸਾਹਿਬ ਦੇ ਸਿੱਖ ਵੀ ਨਹੀਂ ਹਨ, ਨਾ ਤਾਜ ਹੈ, ਨਾ ਬਾਜ ਹੈ, ਨਾ ਜਗ੍ਹਾ ਹੈ, ਨਾ ਕਲਗੀ ਹੈ, ਕੁਛ ਵੀ ਨਹੀਂ ਹੈ। ਔਰ ਉਸ ਵੇਲੇ ਬਿਹਾਰੀ ਨਾਂ ਦਾ ਇੱਕ ਕਵੀ, ਗੁਰੂ ਸਾਹਿਬ ਦਾ ਸਿੱਖ ਹੈ, ਆਉਂਦਾ ਹੈ, ਹੱਥ ਜੋੜ ਕੇ ਖੜ੍ਹਾ ਹੋ ਜਾਂਦਾ ਹੈ ਔਰ ਮੰਗ ਕਰਦਾ ਹੈ। ਹੁਣ ਤੁਸੀਂ ਅੰਦਾਜ਼ਾ ਲਗਾਓ ਕਲਗੀਧਰ ਪਿਤਾ ਦੁਨਿਆਵੀ ਤੌਰ ਦੇ ਉੱਤੇ ਆਪਣਾ ਸਾਰਾ ਕੁਛ ਖਾਲਸੇ ਨੂੰ ਅਰਪਣ ਕਰ ਚੁੱਕੇ ਹਨ, ਸਭ ਕੁਛ ਦੇ ਚੁੱਕੇ ਹਨ, ਔਰ ਉਸ ਵੇਲੇ ਉਹਨਾਂ ਕੋਲੋਂ ਆ ਕੇ ਕਿਹੜੀ ਚੀਜ਼ ਦੀ ਮੰਗ ਕਰਦਾ ਹੈ? ਕਦੇ ਅਸੀਂ ਵੀ ਝੋਲੀ ਅੱਡ ਕੇ ਉਹ ਮੰਗ ਕਰ ਸਕੀਏ? ਬਿਹਾਰੀ ਕਵੀ ਨੇ ਜਿਹੜੇ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲੋਂ ਹੱਥ ਜੋੜ ਕੇ ਝੋਲੀ ਅੱਡ ਕੇ ਇੱਕ ਗੱਲ ਮੰਗੀ ਸੀ, ਉਹ ਕਹਿਣ ਲੱਗਾ ਚਾਦਰ ਮੈਲੀ ਸਾਬਣ ਥੋੜ੍ਹਾ ਜਦ ਦੇਖਾਂ ਤਦ ਰੋਵਾਂ, ਚਾਦਰ ਮੈਲੀ ਸਾਬਣ ਥੋੜ੍ਹਾ ਜਦ ਦੇਖਾਂ ਤਦ ਰੋਵਾਂ, ਬਹੁਤੇ ਦਾਗ ਲੱਗੇ ਤਨ ਮੇਰੇ ਮੈਂ ਕਿਹੜਾ ਕਿਹੜਾ ਧੋਵਾਂ, ਦਾਗਾਂ ਦੀ ਕੋਈ ਕੀਮਤ ਨਾਹੀਂ ਮੈਂ ਕਿਉਂ ਕਰ ਹੱਛੀ ਹੋਵਾਂ, ਸ੍ਰੀ ਸਾਹਿਬ ਮੈਨੂੰ ਦਰਸ਼ਨ ਦੇਵੋ ਮੈਂ ਸੱਚੇ ਸਾਬਣ ਧੋਵਾਂ। ਇਹ ਮੰਗ ਗੁਰੂ ਸਾਹਿਬ ਦੇ ਕੋਲੋਂ ਕਰ ਰਿਹਾ ਹੈ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਨੂੰ ਉਹਨਾਂ ਦਾ ਜੀਵਨ, ਸ਼ਹਾਦਤਾਂ ਦੁਨੀਆ ਦੇ ਇਤਿਹਾਸ ਵਿੱਚ ਬਿਲਕੁਲ ਨਹੀਂ ਹੈ, ਤਾਂ ਹੀ ਉਹ ਤਾਂ ਅਲਾ ਯਾਰ ਖਾਂ ਜੋਗੀ ਕਹਿੰਦਾ ਕਰਤਾਰ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਤਾਰੀਫ ਗੋਬਿੰਦ ਕੀ ਵੋ ਕਮ ਹੈ, ਹਰ ਚੰਦ ਮੇਰੇ ਹੱਥ ਮੇਂ ਪੁਰਜ਼ੋਰ ਕਲਮ ਹੈ, ਸਤਿਗੁਰ ਕੇ ਲਿਖੂੰ ਵਸਫ ਕਹਾਂ ਤਾਬੇ ਰਕਮ ਹੈ, ਇੱਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ, ਸਾਗਰ ਕੋ ਯਾ ਮੰਝਧਾਰ ਕੋ ਯਾ ਲਹਿਰ ਕੋ ਦੇਖੇ। ਹਜ਼ੂਰ ਨੂੰ ਖਬਰ ਮਿਲਦੀ ਹੈ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ, ਹਜ਼ੂਰ ਨੂੰ ਪਿਤਾ ਗੁਰੂ ਦਾ, ਗੁਰੂ ਤੇਗ ਬਹਾਦਰ ਸਾਹਿਬ ਦੇ ਕੇਵਲ ਸੀਸ ਦੇ ਦਰਸ਼ਨ ਹੁੰਦੇ ਹਨ। ਧੜ ਦਾ ਸੰਸਕਾਰ ਦਿੱਲੀ ਹੋ ਚੁੱਕਾ ਹੈ, ਕਰ ਦਿੱਤਾ ਗਿਆ ਹੈ, ਕੇਵਲ ਸੀਸ ਦੇ ਦਰਸ਼ਨ ਹੁੰਦੇ ਹਨ। ਵੱਡੇ ਸਾਹਿਬਜ਼ਾਦਿਆਂ ਦੀ ਕੇਵਲ ਲੋਥਾਂ ਦੇ ਦਰਸ਼ਨ ਦੂਰੋਂ ਹੁੰਦੇ ਹਨ, ਉਹਨਾਂ ਦੇ ਨੇੜੇ ਵੀ ਨਹੀਂ ਜਾਂਦੇ, ਕੇਵਲ ਦੂਰੋਂ ਹੀ ਦਰਸ਼ਨ ਹੁੰਦੇ ਹਨ। ਔਰ ਛੋਟੇ ਸਾਹਿਬਜ਼ਾਦਿਆਂ ਦੀ ਨਾ ਤਾਂ ਸਰੀਰ ਦੇ ਦਰਸ਼ਨ ਹੁੰਦੇ ਹਨ, ਕੇਵਲ ਉਹਨਾਂ ਦੀ ਖਬਰ ਹੀ ਮਿਲਦੀ ਹੈ, ਜਿਸ ਨੂੰ ਸ਼ਿਮਲਵੀ ਜੀ ਨੇ ਆਪਣੇ ਅੰਦਾਜ਼ ਵਿੱਚ ਜੋ ਬਿਆਨ ਕੀਤਾ
ਉਹ ਕਹਿੰਦੇ ਹਨ ਸਰਹੰਦ 'ਚੋਂ ਸੁਨੇਹਾ ਮਿਲਿਆ ਕਿ ਲਾਲ ਟੁਰ ਗਏ, ਦੋਵੇਂ ਸ਼ਹੀਦ ਹੋ ਗਏ ਨੇ ਨੌ ਨਿਹਾਲ ਟੁਰ ਗਏ, ਸੂਬੇ ਨੇ ਕੰਧ ਅੰਦਰ ਦੋਵੇਂ ਨਪੀੜ ਦਿੱਤੇ, ਕੋਮਲ ਸਰੀਰ ਇੱਟਾਂ ਦੇ ਵਿੱਚ ਪੀੜ ਦਿੱਤੇ। ਸੁਣ ਕੇ ਇਹ ਗੱਲ ਸਾਰੀ ਉਹ ਮੁਸਕਰਾ ਕੇ ਉੱਠਿਆ। ਉਸ ਬਾਦਸ਼ਾਹ ਨੇ ਨੂਰੇ ਦੇ ਕੋਲ ਆ ਕੇ ਪੁੱਛਿਆ, ਤੂੰ ਰੂਬਰੂ ਸੈਂ ਉੱਥੇ, ਕੋਈ ਗੱਲ ਨਾ ਲੁਕਾਈ ਅਤੇ ਸਾਫ ਸਾਫ ਦੱਸੀ, ਕੋਈ ਕਹਿਰ ਨਾ ਕਮਾਈ, ਕੋਈ ਹਿੰਜ 'ਤੇ ਨਾ ਕੇਰੀ, ਕੋਈ ਆਹ 'ਤੇ ਨਾ ਕੱਢੀ, ਲਾਲਾਂ ਨੇ ਕਿਧਰੇ ਉੱਚੀ ਕੋਈ ਸਾਹ 'ਤੇ ਨਾ ਕੱਢੀ, ਤੇਸੀ ਦੇ ਨਾਲ ਲੱਗੀ ਜਦ ਸੱਟ ਸੀ ਕਰਾਰੀ, ਮੇਰੇ ਫਤਿਹ ਨੇ ਉੱਚੀ ਕੋਈ ਚੀਖ 'ਤੇ ਨਾ ਮਾਰੀ। ਇਹ ਕਹਿਣ ਦਾ ਵੀ ਅੰਦਾਜ਼ ਵੱਖਰਾ ਸੀ, ਜੋ ਉਸ ਨੇ ਵਜਾਇਆ ਉਹ ਸਾਜ਼ ਵੱਖਰਾ ਸੀ। ਇੰਨੀਆਂ ਸ਼ਹਾਦਤਾਂ, ਇੰਨੀਆਂ ਕੁਰਬਾਨੀਆਂ ਕਿਸੇ ਵੀ ਇਤਿਹਾਸ ਵਿੱਚ ਨਹੀਂ ਹੋਇਆ ਔਰ ਨਾ ਹੀ ਹੋਏਗਾ। ਪੂਰੇ ਦਾ ਪੂਰਾ ਸਾਰਾ ਕੁਝ ਕੁਰਬਾਨ ਕਰ ਦੇਣਾ, ਔਰ ਜਿਵੇਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਯਾਕੂਬ ਕੋ ਯੂਸਫ ਕੇ ਵਿਛੜਨੇ ਨੇ ਰੁਲਾਇਆ। ਜਦੋਂ ਵੀ ਵਿਛੋੜਾ ਹੈ, ਭਾਵੇਂ ਉਹ ਹਜ਼ਰਤ ਇਬਰਾਹੀਮ ਦੇ ਬੇਟੇ ਦੀ ਗੱਲ ਆਉਂਦੀ ਹੈ, ਤਾਂ ਅੱਖਾਂ ਦੇ ਉੱਤੇ ਪੱਟੀ ਬੰਨ ਲਈ ਜਾਂਦੀ ਹੈ। ਹੋਰ ਵੀ ਬੜੇ ਇਤਿਹਾਸ ਔਰ ਮਿਥਿਹਾਸ ਦੇ ਜ਼ਿਕਰ ਆਉਂਦੇ ਹਨ, ਰੋਵੇ ਰਾਮ ਨਿਕਾਲਾ ਭਇਆ। ਹਜ਼ਰਤ ਈਸਾ ਮਸੀਹ, ਜਿਨ੍ਹਾਂ ਦੀ ਕੁਰਬਾਨੀ ਬਹੁਤ ਵੱਡੀ ਹੈ, ਬਹੁਤ ਵੱਡੀ ਹੈ, ਪਰ ਬਾਈਬਲ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਉਸ ਸ਼ਹਾਦਤ ਤੋਂ ਪਹਿਲਾਂ, ਇੱਕ ਰਾਤ ਪਹਿਲਾਂ, ਉਹ ਪਹਾੜੀ ਦੇ ਉੱਤੇ ਜਾ ਕੇ ਸਾਰੀ ਰਾਤ ਰੋਂਦੇ ਰਹੇ ਔਰ ਕਹਿਣ ਲੱਗੇ ਕਿ ਪ੍ਰਭੂ, ਇਹ ਜ਼ਹਿਰ ਦਾ ਪਿਆਲਾ ਮੇਰੇ ਕੋਲੋਂ ਲੈ ਲੈ, ਪਰ ਜੇ ਤੈਨੂੰ ਚੰਗਾ ਲੱਗੇ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਸ ਸਾਰੀ ਸ਼ਹਾਦਤਾਂ ਦੇਣ ਦੇ ਬਾਵਜੂਦ ਉਹ ਦ੍ਰਿੜਤਾ, ਉਹ ਭਰੋਸਾ ਔਰ ਉਹ ਜਿਹੜਾ ਖਤ ਲਿਖਣਾ ਉਸ ਦੇ ਬਾਅਦ ਔਰੰਗਜ਼ੇਬ ਨੂੰ, ਔਰ ਜਿਸ ਨੂੰ ਆਰੰਭਤਾ ਕਰਦਿਆਂ ਹੋਇਆਂ ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ, ਫਿਰ ਵੀ ਰੱਬ ਦਾ ਸ਼ੁਕਰਾਨਾ। ਦਰਅਸਲ ਜੇਕਰ ਇੱਕ ਗੱਲ ਸਮਝ ਲਈਏ, ਦਿੱਤੇ ਹੋਏ ਦੇ ਉੱਤੇ ਸ਼ੁਕਰਾਨਾ, ਦਿੱਤੇ ਹੋਏ ਦੇ ਉੱਤੇ ਤਾਂ ਕੁੱਤਾ ਵੀ ਪੂਛ ਹਿਲਾ ਦਿੰਦਾ। ਕੋਈ ਵੀ ਉਸਨੂੰ ਦੇ ਦੇਵੇ, ਭਾਵੇਂ ਚੰਗਾ ਜਾਂ ਮਾੜਾ, ਕੋਈ ਵੀ ਦੇਵੇ, ਟੁਕੜਾ ਪਾ ਦੇਵੇ, ਉਸਦੇ ਉੱਤੇ ਪੂਛ ਹਿਲਾ ਦਿੰਦਾ। ਪਰ ਜੇਕਰ ਵਾਹਿਗੁਰੂ ਸਭ ਕੁਝ ਖੋਹ ਲਵੇ ਔਰ ਉਸ ਵੇਲੇ ਜੇਕਰ ਇਹ ਗੱਲ ਕਹਿ ਸਕੇ, ਇਹ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਕਹਿ ਸਕਦੇ ਹਨ, ਕਮਾਲੇ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਿਹਾਕੁਨ ਰਹੀਮ। ਇਹ ਵਾਹਿਗੁਰੂ, ਤੂੰ ਮਿਹਰਾਂ ਦਾ ਮਾਲਕ ਹੈ, ਤੂੰ ਬਖਸ਼ਿਸ਼ਾਂ ਦਾ ਘਰ ਹੈ, ਤੂੰ ਕਰਮ ਕਰਨ ਵਾਲਾ ਹੈ, ਤੂੰ ਕਮਾਲ ਹੈ। ਫਿਰ ਵੀ ਕੋਈ ਗਿਲਾ ਨਹੀਂ, ਫਿਰ ਵੀ ਔਰੰਗਜ਼ੇਬ ਨੂੰ ਲਿਖ ਰਹੇ ਹਨ, ਤੂੰ ਸੁੰਦਰ ਹੈ, ਤੂੰ ਚਤਰ ਹੈ, ਤੂੰ ਦਲੇਰ ਹੈ, ਪਰ ਬੇਈਮਾਨ ਹੈ, ਤੂੰ ਕਸਮਾਂ ਤੋੜਨ ਵਾਲਾ ਹੈ। ਔਰ ਨਾਲ ਹੀ ਇੱਕ ਗੱਲ ਕਹਿ ਦਿੱਤੀ, ਕਦੇ ਉਸ ਗੱਲ ਨੂੰ ਅਸੀਂ ਆਪਣੇ ਆਪ ਦੇ ਉੱਤੇ ਅਪਣਾਈਏ। ਬਹੁਤ ਗੁਰੂ ਅਰਜਨ ਪਾਤਸ਼ਾਹ ਨੇ ਜਿਹੜੀ ਗੱਲ ਕਹੀ ਸੀ, ਬਚਨ ਕਰੇ ਅਤੇ ਖਿਸਕ ਜਾਏ, ਬੋਲੇ ਸਭ ਕੱਚਾ ਅੰਦਰੋਂ ਥੋਥਾ, ਕੂੜਿਆਰ ਕੂੜੀ ਸਭ ਖੱਚਾ, ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲੱਚਾ, ਮਾਰਿਆ ਸੱਚੇ ਪਾਤਸ਼ਾਹ ਦੇਖ ਤੁਰ ਕਰ ਮੱਚਾ। ਅਤੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਔਰੰਗਜ਼ੇਬ ਨੂੰ ਇਹੀ ਗੱਲ ਕਹਿ ਰਹੇ ਹਨ ਕਿ ਮਰਦ ਉਹ ਹੈ ਜਿਹੜਾ ਆਪਣੇ ਬਚਨ ਦੇ ਉੱਤੇ ਕਾਇਮ ਰਹਿੰਦਾ ਹੈ, ਜਿਹੜਾ ਬਚਨ ਦੇ ਉੱਤੇ ਕਾਇਮ ਨਹੀਂ ਰਹਿ ਸਕਦਾ, ਉਹ ਉਸਨੂੰ ਮਰਦ ਅਖਵਾਉਣ ਦਾ ਹੱਕ ਨਹੀਂ ਹੈ। ਸਮਾਂ ਹੈ ਇੱਕ ਛੋਟੇ ਜਿਹੇ ਵਕਫੇ ਦਾ, ਤੁਸੀਂ ਸਾਡੇ ਨਾਲ ਬਣੇ ਰਹੋ ਔਰ ਇਸ ਦੇ ਬਾਅਦ ਅਸੀਂ ਤੁਹਾਨੂੰ ਗੁਜ਼ਾਰਿਸ਼ ਕਰਾਂਗੇ, ਤੁਸੀਂ ਜ਼ਰੂਰ ਸਾਨੂੰ ਫੋਨ ਕਰਕੇ ਆਪਣੀ ਸ਼ਰਧਾ ਦੇ ਫੁੱਲ ਸਾਹਿਬਜ਼ਾਦਿਆਂ ਦੇ ਚਰਨਾਂ ਦੇ ਵਿੱਚ ਅਸੀਂ ਅਰਪਣ ਕਰੀਏ ਇੱਕ ਵਕਫੇ ਦੇ ਬਾਅਦ। ਆਓ ਯਾਦ ਕਰੀਏ ਸਰਹੰਦ ਦੇ ਉਸ ਸਾਕੇ ਨੂੰ, ਜਦੋਂ ਤੋਂ ਮਾਸੂਮ ਜਿੰਦਾ ਅੱਤ ਦੀ ਸਰਦੀ ਨੀਹਾਂ ਦੇ ਵਿੱਚ ਖੜੇ ਆ, ਬਿਨਾਂ ਕਿਸੇ ਭੈ ਤੋਂ ਹਰ ਲਾਲਚ ਨੂੰ ਠੁਕਰਾ ਰਹੇ ਨੇ ਤੇ
ਹੱਸ ਹੱਸ ਕੇ ਸ਼ਹਾਦਤਾਂ ਦੇ ਜਾਮ ਪੀਰੇ ਨੇ। ਸ਼ਾਇਰ ਕਹਿੰਦਾ ਬਈ ਉਸ ਵੇਲੇ ਅੰਬਰ ਰੋਇਆ ਧਰਤੀ ਕੰਬੀ, ਚੱਲੀ ਪਾਉਣ ਦੇ ਸੀਨੇ ਆਰੀ, ਭੈਣ ਪਾਉਂਦੇ ਸਭ ਪੰਛੀ ਚੀਕੇ, ਉੱਡ ਕੇ ਮਾਰ ਉਡਾਰੀ, ਮਾਨ ਬੱਤਾਂ ਦਾ ਕਹਾਣ ਹੁੰਦਾ ਜਦ ਹੋਮੈ ਹੋ ਜੇ ਭਾਰੀ, ਕਰਨੀ ਦੇਸੀ ਇੱਟਾਂ ਗਾਰਾ, ਜਾਲਮਾ ਖਿੱਚ ਤਿਆਰੀ, ਦੋ ਹੰਸਾਂ ਦਾ ਜੋੜਾ ਖੜਿਆ, ਉਮਰ ਨਾ ਰਤਾ ਵਿਚਾਰੀ, ਫਰਮਾਨ ਸੂਬੇ ਦਾ ਜਲਾਦ ਕਿਵੇਂ ਨੇ, ਜਾਂਦੇ ਕੰਧ ਉਸਾਰੀ, ਪਰ ਸ਼ੇਰਾ ਵਾਂਗੂ ਰਹੇ ਗੱਜਦੇ, ਚੇਤੇ ਮੁਗਲਾ ਕਰਾ ਗਏ ਨਾਨੀ, ਕਿਵੇਂ ਸਿਦਕ ਨਿਭਾਈ ਦਾ, ਦੱਸ ਕੀ ਲਾਲਾਂ ਦੀ ਕੁਰਬਾਨੀ, ਦੱਸ ਕੀ ਯੋਧਿਆਂ ਦੀ ਕੁਰਬਾਨੀ। ਟੈਕਸ ਪ੍ਰੋਬਲਮ? ਨੋ ਪ੍ਰੋਬਲਮ, ਕੰਪਿਊਟੈਕਸ ਆਈਐਨਸੀ ਆਓ ਤੇ ਆਪਣੇ ਟੈਕਸਾਂ ਦਾ ਮਸਲਾ ਸੁਲਝਾਓ। ਕੰਪਿਊਟੈਕਸ ਆਈਐਨਸੀ ਬਿਜ਼ਨਸ ਅਤੇ ਪਰਸਨਲ ਇਨਕਮ ਟੈਕਸ, ਅਸੀਂ ਪੇਰੋਲ ਐਂਡ ਸਰਟੀਫਾਈਡ ਪੇਰੋਲ ਟੈਕਸਿਸ, MTA ਟੈਕਸਿਸ, ਵਰਕਰਸ ਕੰਪਨਸੇਸ਼ਨ, ਬੁੱਕ ਕੀਪਿੰਗ ਆਦਿ ਵੀ ਕਰਦੇ ਹਾਂ। ਕੰਪਿਊਟੈਕਸ ਆਈਐਨਸੀ ਹਰ ਵੇਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। 20 ਸਾਲਾਂ ਦਾ ਤਜਰਬਾ, ਵੀ ਕਵਰ ਆਲ 50 ਸਟੇਟਸ, ਅਸੀਂ ਪੰਜਾਬੀ, ਉਰਦੂ ਅਤੇ ਹੋਰ ਵੀ ਭਾਸ਼ਾ ਬੋਲਦੇ ਹਾਂ। ਵਧੇਰੀ ਜਾਣਕਾਰੀ ਲਈ ਸਾਨੂੰ ਕੰਟੈਕਟ ਕਰੋ 718-371-5555, 718-426-5695। ਤਜਰਬੇਕਾਰ ਵਕੀਲਾਂ ਦੀ ਟੀਮ ਜਿਨ੍ਹਾਂ ਨੂੰ ਮਹਾਰਤ ਹਾਸਿਲ ਹੈ ਇਮੀਗ੍ਰੇਸ਼ਨ ਇੰਕਲੂਡਿੰਗ ਅਸਾਈਲਮ, ਡਿਪੋਰਟੇਸ਼ਨ ਡਿਫੈਂਸ, ਫੈਮਿਲੀ ਐਮਪਲੋਇਮੈਂਟ ਐਂਡ ਇਨਵੈਸਟਮੈਂਟ ਬੇਸਡ ਇਮੀਗ੍ਰੇਸ਼ਨ। ਇੱਥੇ ਹਰ ਤਰ੍ਹਾਂ ਦੇ ਕ੍ਰਿਮੀਨਲ ਕੇਸਿਸ ਜਿਵੇਂ ਵਾਇਲੇਸ਼ਨ, ਟੈਕਸੀ ਲਿਮੋਜ਼ਿਨ ਕਮਿਸ਼ਨ ਦੇ ਮਾਮਲੇ, ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਕਲੋਜ਼ਿੰਗ, ਡਾਇਵੋਰਸ ਕੇਸਿਸ, ਬਿੱਲ ਅਤੇ ਟਰਸਟ ਰਿਲੇਟਿਡ ਕੇਸਿਸ ਵੀ ਸੋਲਵ ਕੀਤੇ ਜਾਂਦੇ ਨੇ। ਕਲਾਇੰਟਸ ਦੀ ਸੁਵਿਧਾ ਲਈ ਸਾਡੀਆਂ ਬ੍ਰਾਂਚਿਸ ਹਰ ਮੇਜਰ ਟ੍ਰੇਨ ਲਾਈਨਸ ਦੇ ਨਜ਼ਦੀਕ ਹਨ। AJZE 4523। ਅਸੀਂ ਵੀਕਐਂਡ ਅਤੇ ਲੇਟ ਆਰ ਅਪੋਇੰਟਮੈਂਟ ਵੀ ਲੈਂਦੇ ਹਾਂ। ਅਸੀਂ ਬੋਲਾਂਗੇ ਤੁਹਾਡੀ ਬੋਲੀ, ਕੰਟੈਕਟ ਕਰਨ ਤੇ ਤੁਹਾਨੂੰ ਮਿਲੇਗਾ ਤੁਰੰਤ ਤਸੱਲੀ ਬਖਸ਼ ਰਿਸਪੌਂਸ। ਕੰਟੈਕਟ ਕਰਨ ਲਈ ਸਾਡੇ ਨੰਬਰਸ ਨੇ 888-24-7227 ਅਤੇ 917-728-0049। Apna Bazaar Cash and Carry, the biggest and the oldest grocery store in the town. For all your daily groceries, fresh produce, fruits and vegetables. More than 12,000 grocery items and produced at competitive prices. Apna Bazaar Cash and Carry. Ample free parking. Apna Bazaar, Edison, New Jersey. दीदी मैं तो भूल ही गई थी, मम्मी ने तेरे लिए असली घी भेजा है और मैंने स्पेशली पैक किया। अच्छा जल्दी आना। क्या कर रही है लक्ष्मी? आई आई, पहले अपनी आंखें बंद करो। दीदी ऐसा घी सिर्फ मम्मी ही बना सकती है, सब लक्ष्मी माँ की कृपा है। लक्ष्मी घी, मेड प्योर, मेड फ्रेश, मेड हियर। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਅਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅਸੀਂ ਉਹਨਾਂ ਮਹਾਨ ਸੂਰਬੀਰਾਂ, ਉਹਨਾਂ ਦੀ ਸ਼ਹਾਦਤ
ਉਹਨਾਂ ਦੀ ਸ਼ਹਾਦਤ ਹੀ ਨਹੀਂ ਸੀ ਬਲਕਿ ਉਹਨਾਂ ਨੇ ਕੌਮੀ ਪੰਥ ਦੀਆਂ ਨੀਹਾਂ ਉਸਾਰੀਆਂ। ਉਹਨਾਂ ਨੇ ਆਉਣ ਵਾਲੇ ਸਮੇਂ ਲਈ ਪੂਰਨੇ ਪਾਏ। ਉਹਨਾਂ ਦੇ ਉੱਤੇ ਗੱਲ ਕਰਾਂਗੇ। ਅਸੀਂ ਗੱਲ ਕਰ ਰਹੇ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹਨਾਂ ਮਹਾਨ ਸ਼ਹਾਦਤਾਂ ਦੇ ਬਾਅਦ ਜੋ ਔਰੰਗਜ਼ੇਬ ਨੂੰ ਜੋ ਖਤ ਲਿਖਿਆ ਉਸ ਦੇ ਵਿੱਚ ਉਹਨਾਂ ਨੇ ਕੋਈ ਗਿਲਾ ਨਹੀਂ ਕੀਤਾ ਬਲਕਿ ਇਹ ਕਿਹਾ ਕਿ ਚਿਹਾ ਛੁੱਤ ਕੇ ਚੂੰ ਬੱਚਗਾਂ ਕੁਸ਼ਤਾਚਾਰ ਕਿ ਬਾਕੀ ਬਮਾ ਦਸਤ ਪੇ ਚੀ ਦਾ ਮਾਰ। ਐ ਔਰੰਗਜ਼ੇਬ ਕੀ ਹੋਇਆ ਜੇ ਚਾਰ ਸਾਹਿਬਜ਼ਾਦੇ ਸ਼ਹੀਦ ਹੋ ਗਏ, ਜੇਕਰ ਚਾਰ ਅੰਗਾਰੇ ਬੁਝਾ ਦਿੱਤੇ ਗਏ, ਅਜੇ ਤਾਂ ਭਾਂਬੜ ਬਖਸ਼ ਕੀ ਹੈ। ਔਰ ਇੱਕ ਗੱਲ ਹੋਰ ਉਹਨਾਂ ਨੇ ਕਹੀ, ਚਿਹਾ ਛੁੱਤ ਕੇ ਚੂੰ ਬੱਚਗਾਂ ਕੁਸ਼ਤਾਚਾਰ ਕਿ ਬਾਕੀ ਬਮਾ ਦਸਤ ਪੇ ਚੀ ਦਾ ਮਾਰ। ਮਾਰ ਸੱਪ ਨੂੰ ਕਿਹਾ ਜਾਂਦਾ ਹੈ। ਹਜ਼ੂਰ ਨੇ ਕਿਹਾ ਕਿ ਪੇਚੀਦਾ ਮਾਰ ਕੁੰਡਲੀਦਾਰ ਸੱਪ ਅਜੇ ਬਾਕੀ ਹੈ, ਤੂੰ ਇਸ ਤੋਂ ਕਿੱਥੇ ਬਚੇਗਾ। ਕਦੇ ਤੁਸੀਂ ਸੋਚੋ, ਅੱਜ ਵੀ ਸੋਚੋ, ਜਦੋਂ ਤੁਸੀਂ ਬੱਚੇ ਨੂੰ ਲੈ ਕੇ ਗੁਰਦੁਆਰੇ ਨਾਮ ਕਰਨ ਲਈ ਜਾਂਦੇ ਹੋ, ਇਹੀ ਅਰਦਾਸ ਕਰਦੇ ਹੋ, ਇਹੀ ਬੇਨਤੀ ਕਰਦੇ ਹੋ, ਇਸ ਪਚੰਗੀ ਨੂੰ ਨਾਮ ਦੀ ਦਾਤ ਮਿਲੇ, ਇਸ ਪਚੰਗੀ ਨੂੰ ਨਾਮ ਮਿਲੇ। ਪਚੰਗੀ ਸੱਪ ਦੇ ਬੱਚੇ ਨੂੰ ਕਹਿੰਦੇ ਹਨ। ਜਦੋਂ ਦੀਵਾਨ ਸੁੱਚਾ ਆਨੰਦ ਨੇ ਇਹ ਕਹਿ ਦਿੱਤਾ ਸੀ ਸਾਹਿਬਜ਼ਾਦਿਆਂ ਦੇ ਬਾਰੇ ਕਿ ਇਹ ਸੱਪ ਦੇ ਬੱਚੇ ਹਨ, ਇਹ ਪਚੰਗੀ ਹਨ, ਗੁਰੂ ਸਾਹਿਬ ਨੇ ਪ੍ਰਵਾਨ ਕਰ ਲਿਆ। ਉਹਨਾਂ ਨੇ ਕਿਹਾ, ਅੱਜ ਤੋਂ ਬਾਅਦ ਮੇਰੀ ਉਮਤ ਹਰ ਸਿੱਖ ਇੱਕ ਪਚੰਗੀ ਹੋਏਗਾ, ਹਰ ਸਿੱਖ ਇੱਕ ਪਚੰਗੀ ਹੋਏਗਾ, ਔਰ ਮੈਂ ਇੱਕ ਕੁੰਡਲੀਦਾਰ ਸੱਪ ਹੋਵਾਂਗਾ। ਇਹ ਬਖਸ਼ਿਸ਼ ਉਹਨਾਂ ਮਹਾਨ ਸ਼ਹਾਦਤਾਂ ਦੇ ਕਰਕੇ ਜਿਹੜੀ ਸਾਨੂੰ ਪ੍ਰਾਪਤ ਹੋਈ ਹੈ। ਤੁਹਾਡੇ ਵਿਚਾਰ ਜ਼ਿਆਦਾ ਕੀਮਤੀ ਹਨ, ਉਹ ਅਸੀਂ ਜ਼ਰੂਰ ਲਵਾਂਗੇ। ਹੈਲੋ ਹੈਲੋ, ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਭੈਣ ਜੀ? ਕਿੱਥੋਂ? ਜੀ 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 ਹਾਂਜੀ। ਅੱਛਾ, ਤੁਹਾਡੀ ਇੱਕ ਮਿੰਟ, ਇੱਕ ਸੈਕਿੰਡ, ਤੁਹਾਡੀ ਸ਼ਾਇਦ ਆਵਾਜ਼, ਓਹੋ ਤੁਸੀਂ ਸੋਰੀ ਕੱਟਣੀ ਪੈਣੀ ਹੈ, ਇਹ ਪਤਾ ਨਹੀਂ ਆਵਾਜ਼ ਕਿਉਂ ਨਹੀਂ ਇਹਦੇ 'ਚ। ਹਾਂਜੀ ਹੈਲੋ ਹੈਲੋ, ਜਿਹੜੇ ਭੈਣ ਜੀ ਕਰ ਰਹੇ ਸੀ, ਜੇ ਤੁਸੀਂ ਦੁਬਾਰਾ ਸਾਨੂੰ ਕਾਲ ਕਰ ਲਓ, ਸਾਡਾ ਕਨੈਕਸ਼ਨ ਟੁੱਟ ਗਿਆ। ਹੈਲੋ ਹੈਲੋ, ਵਾਹਿਗੁਰੂ ਜੀ ਕੀ ਫਤਿਹ ਭਸੀਨ ਸਾਹਿਬ। ਹਾਂਜੀ ਹੁਕਮ ਕਰੋ। ਬਿਲਕੁਲ ਬਿਲਕੁਲ, ਤੁਹਾਡੀ ਗੱਲ ਗੁਰਬਾਣੀ ਪੜ੍ਹੀਏ ਔਰ ਗੁਰਬਾਣੀ ਤੇ ਅਮਲ ਕਰੀਏ, ਤਾਂ ਹੀ ਅਸੀਂ ਇਸ ਸਾਰੀਆਂ ਚੀਜ਼ਾਂ ਦੇ ਉੱਤੇ ਜੋ ਗੁਰੂ ਸਾਹਿਬ ਨੇ ਕਰਕੇ ਸਾਨੂੰ ਦੱਸਿਆ ਅਸੀਂ ਵੀ ਕਰ ਸਕਦੇ ਹਾਂ ਜੇ ਅਸੀਂ ਉਹਨਾਂ ਦੇ ਪੁੰਨਿਆਂ ਤੇ ਚੱਲੀਏ ਤੇ। ਜੀ ਬਿਲਕੁਲ ਸਹੀ, ਖਾਲਸਾ ਵਾਜੀ ਫਤਿਹ। ਪਿਆਰੇ ਦਰਸ਼ਕੋ, ਬਹੁਤ ਛੋਟੀ ਜੀ ਇੱਕ ਬ੍ਰੇਕ ਲੈਣੀ ਪਏਗੀ, ਬਹੁਤ ਛੋਟੀ ਜੀ। ਤੁਸੀਂ ਜ਼ਰੂਰ ਸਾਨੂੰ ਫੋਨ ਕਰੋ ਔਰ ਆਪਣੇ ਵਿਚਾਰ ਜ਼ਰੂਰ ਦਰਜ ਕਰਾਓ, ਅਸੀਂ ਸਿਰਫ ਥੋੜ੍ਹੇ ਜਿਹੇ ਵਕਫੇ ਦੇ ਬਾਅਦ ਮੁੜ ਹਾਜ਼ਰ ਹੁੰਦੇ ਹਾਂ। ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਪਰ ਖੁਦਾਵੰਦ ਬਖਸ਼ੰਦਾ ਹੈ ਐਸ਼ ਅਰਸ਼ ਮੈਨੂੰ ਇਸ ਜੰਡ ਥੱਲੇ ਬੈਠੇ ਨੂੰ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਸਕੂਨ ਉਸ ਅਕਾਲ ਪੁਰਖ ਨੇ ਦਿੱਤਾ, ਉਹ ਸਕੂਨ ਨਾ ਸੂਬਾ ਸਰਹੰਦ ਕੋਲੇ ਤੇ ਨਾ ਔਰੰਗਜ਼ੇਬ ਦੇ ਕੋਲ। ਖੇਡ ਗਏ ਅਚਾ ਨੀਹੀ ਚਣੇ ਦੋ ਸੁਰਤੀ ਆਪਣੀ ਸਰੰਦ ਵੱਲ ਲੈ ਜਾ, ਕਿਤੇ ਪੜ ਸੋਚਿਆ ਕਰੀ ਕਿੱਸਾ ਗੁਰੂ ਦਸ਼ਮੇ ਸੋਚਿਆ ਕਰੀ।
बातों की अपनी दास्तां होती है, कभी सृष्टि तो कभी विनाश, ये देखती है, कभी ये सहारा तो कभी विश्वास, सदियों से ये खिलाए पीढ़ियों को निवाला, और हर निवाले में हो शक्ति भोगाटा। जब हाथों से खिलानी है दो वक्त की रोटी तो वो जरूर हो शक्ति भोग आटे से बनी, अपने देश का नंबर वन आटा। ओबामा केयर अनुसार 2014 दे शुरू तो अमेरिकन्स लई हेल्थ इंश्योरेंस कराना लाजमी कर दिता गया है। जेकर तुहानूं पहलां तो ही कोई हेल्थ इशू है तद भी इंश्योरेंस कंपनी वालों इंश्योरेंस देने लई तुहानूं मना नहीं किया जाएगा। पंजाब इंश्योरेंस दे सर्टिफाइड एडवाइजर तुहानूं सही अते वधिया प्लान लैण च पूरी मदद करनगे जिस दी कोई फीस नहीं होएगी। ओबामा केयर विच एनरोल होण दी डेडलाइन 31 मार्च 2014 है। सो अमेरिका दे किसी भी शहर साडा प्रोग्राम देख रहे हो, ओबामा केयर हेल्थ इंश्योरेंस कराउण लई पंजाब इंश्योरेंस दे नंबर ते हुणे कॉल करो। कुनाल ज्वेलर दे गहने, वाह पई वाह क्या कहने, गहनियां नाल भर ले जाओ घरवाली नू होर बनाओ, कुनाल ज्वेलर ते आओ गहनियां नाल सज तज के बागो बाग हो जाओ। असी तुहाडी पसंद दे 22 अते 24 कैरेट दे कड़े चेन क्वाइंस डायमंड कट बैंगल्स ऑर्डर ते तैयार करदे हां, गहनियां दी रिपेयर भी इत्थे ही करदे हां। ਤੁਸੀਂ ਆਪਣੀ ਰਾਸ਼ੀ ਦੇ ਬਰ ਸਟੋਨ ਵੀ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਕੋਲ ਡਾਇਮੰਡ ਜੁਐਲਰੀ ਦੀ ਇੱਕ ਤੋਂ ਵੱਧ ਇੱਕ ਵੈਰਾਈਟੀ ਹੈ। ਹੋਰ ਜਾਣਕਾਰੀ ਲਈ ਬਿੱਟੂ ਨੂੰ ਹੁਣੇ ਕਾਲ ਕਰੋ 718-478-7200। ਯਾਦ ਰੱਖੋ ਕੁਨਾਲ ਜੁਐਲਰ 37-08-74 Street ਜੈਕਸਨ ਹਾਈਟਸ ਨਿਊਯਾਰਕ। ਗਿਰ ਪੰਜਾਬੀ ਦੇ ਦਾਨਸ਼ੁਰ ਦਰਸ਼ਕਾਂ ਅਤੇ ਸੁਚੇਤ ਸਰੋਤਾ ਜਿਨ੍ਹਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਹਿਬਜ਼ਾਦਿਆਂ ਨੂੰ ਸਮਰਪਿਤ ਪ੍ਰੋਗਰਾਮ ਜਿਹਦੇ ਵਿੱਚ ਮਾਤਾ ਜੀ ਦੀ ਵੀ ਸ਼ਹਾਦਤ ਹੋਈ, ਸਿੰਘਾਂ ਦੀ ਸ਼ਹਾਦਤ ਹੋਈ, ਉਸ ਸਰਹੰਦ ਦੇ ਔਰ ਚਮਕੌਰ ਸਾਹਿਬ ਦੇ ਸਾਕੇ ਦੇ ਉੱਤੇ ਤੁਹਾਡੇ ਵਿਚਾਰਾਂ ਦਾ ਸਵਾਗਤ ਹੈ। ਹੈਲੋ, ਹਾਂਜੀ ਹਾਂਜੀ, ਉਹ ਲਾਈਨ ਕੱਟੀ ਗਈ ਸੀ ਜੀ। ਭੈਣ ਜੀ, ਹਾਂਜੀ, ਕੋਈ ਗੱਲ ਨੀ ਵੀਰ ਜੀ, ਮੈਂ ਕਹਿ ਰਹੀ ਸੀ ਪਿਛਲੇ ਸਾਲ ਲਾਈਵ ਨਾ ਉਹ ਦਿੱਤਾ ਸੀਗਾ ਸੰਤ ਬਾਬਾ ਰਣਜੀਤ ਸਿੰਘ ਜੀ ਦਾ, ਉਹਨਾਂ ਨੇ ਉੱਥੇ ਉਹ ਦੀਵਾਨ ਸਜਾਇਆ ਸੀਗਾ ਫਤਿਹਗੜ੍ਹ ਸਾਹਿਬ ਜੀ, ਥੋੜੀ ਦੇਰੀ ਬਾਅਦ ਇਹ ਪ੍ਰੋਗਰਾਮ ਜਦੋਂ ਖਤਮ ਹੋਏਗਾ ਇਸ ਦੇ ਅੱਧਾ ਘੰਟਾ ਬਾਅਦ ਅਸੀਂ ਕੋਸ਼ਿਸ਼ ਕਰਾਂਗੇ। ਹਾਂਜੀ ਹਾਂਜੀ, ਠੀਕ ਹੈ, ਵਾਹਿਗੁਰੂ ਜੀ ਕੀ ਫਤਿਹ। ਹੈਲੋ ਹੈਲੋ, ਰਾਮੂ ਵਾਲੀਆ ਦਾ ਜਿਹੜਾ ਬਿਆਨ ਹੈ ਕਿ ਅਸੀਂ ਹਿੰਦੂ ਸ਼ਾਮਲ ਕਰੋ, ਇਟਸ ਵੈਰੀ ਕੰਟਰਡਿਕਟਰੀ। ਹਾਂਜੀ, ਇਹ ਕੋਈ ਸਿਆਣਪ ਵਾਲੀ ਗੱਲ ਨਹੀਂ ਕਿ ਅਸੀਂ ਬੜੀ ਮੁਸ਼ਕਲ ਨਾਲ ਉਹਨਾਂ ਤੋਂ ਵੱਖਰੇ ਕੀਤਾ। ਹਾਂਜੀ, ਆਜ਼ਾਦੀ ਤੋਂ ਬਾਅਦ ਅੱਜ ਤੱਕ ਉਹ ਸਾਨੂੰ ਨਾਲ ਹੀ ਸ਼ਾਮਲ ਕਰਦੇ ਰਹੇ ਜੀ 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 ਜੀ। ਤੇ ਆ ਆਨੰਦ ਮੈਰਿਜ ਐਕਟ ਜਿਹੜਾ ਸੀ ਇਹ ਲਾਸਟ ਸਾਡਾ, ਕਿ ਸਾਡੀ ਮੈਰਿਜ ਮੈਰਿਜ ਐਕਟ ਹਿੰਦੂ ਮੈਰਿਜ ਐਕਟ ਨਾਲ ਨਹੀਂ ਹੁੰਦੀ ਜੀ, ਇਹ ਬੜੀ ਵੱਡੀ ਅਚੀਵਮੈਂਟ ਹੈਗੀ ਹੈ। ਪਰ ਫਿਰ ਦੁਬਾਰਾ ਉਹ ਇਹ ਕਹਿਣਾ ਕਿ ਅਸੀਂ ਸਾਨੂੰ ਹਿੰਦੂਆਂ ਨਾਲ ਦੇ ਦਿਓ ਬੈਨੀਫਿਟ, ਤੁਹਾਡੀ ਗੱਲ ਬਿਲਕੁਲ ਸਹੀ ਹੈ ਨੰਦਾ ਸਾਹਿਬ, ਪਰ ਇਹ ਨਾ ਤੁਹਾਨੂੰ ਕਿਸੇ ਵੱਖਰੇ ਪ੍ਰੋਗਰਾਮ ਵਿੱਚ ਅਸੀਂ ਸਾਰੀ ਜਾਣਕਾਰੀ ਦੇਵਾਂਗੇ ਤੇ ਜੀ ਜੀ, ਕਿਉਂਕਿ ਉਹ ਜਿਹੜਾ ਆਨੰਦ ਮੈਰਿਜ ਐਕਟ ਵੀ ਹੈਗਾ ਉਹ ਵੀ ਹਾਲੇ ਤੱਕ ਜਿਹੜਾ ਉਹ ਬਹੁਤ ਹੀ ਲਿਮਿਟਿਡ ਪਰਪਸ ਲਈ, ਸਿਰਫ ਰਜਿਸਟ੍ਰੇਸ਼ਨ ਲਈ ਉਹ ਆਨੰਦ ਮੈਰਿਜ ਐਕਟ ਲਿਖਿਆ ਗਿਆ, ਬਾਕੀ ਸਿੱਖ ਹਾਲੇ ਵੀ ਹਿੰਦੂ ਮੈਰਿਜ ਐਕਟ ਦੇ ਥੱਲੇ ਹੈਗੇ ਹੈ। ਉਹਨਾਂ ਦੇ ਸਾਰੇ ਕਾਨੂੰਨ, ਭਾਵੇਂ ਹਿੰਦੂ ਸਕਸੈਸ਼ਨ ਐਕਟ ਹੋਏ, ਹਿੰਦੂ ਇੰਡੋਮੈਂਟ ਐਕਟ ਹੋਏ, ਹਿੰਦੂ ਸਕਸੈਸ਼ਨ ਐਕਟ ਹੋਏ, ਉਹ ਸਾਰੇ ਦੇ ਸਾਰੇ ਅਜੇ ਵੀ ਹਿੰਦੂ ਲਾ ਦੇ ਅਧੀਨ ਹੀ ਟ੍ਰੀਟ ਕੀਤੇ ਜਾਂਦੇ ਹੈ। ਪਰ ਇਹ ਜਿਹੜੀ ਵਾਕਈ ਤੁਹਾਡੀ ਗੱਲ ਸਹੀ ਹੈ ਜੀ, ਨਹੀਂ ਅਜੇ ਤੁਹਾਡੀ ਸਾਡੀ ਵੱਖਰੀ ਹੈਸੀਅਤ, ਵੱਖਰਾ ਪਰਸਨਲ ਲਾਅ ਨਹੀਂ ਬਣਿਆ ਹੈਗਾ, ਜਿਹਦੀ ਅਕਾਲੀ ਦਲ ਕਾਫੀ ਚਿਰ ਤੋਂ ਮੰਗ ਕਰਦਾ ਰਿਹਾ ਔਰ ਹਰ ਸਾਲ ਉਸਨੂੰ ਦੁਹਰਾਉਂਦਾ ਵੀ ਰਿਹਾ ਔਰ ਇਹਦੇ 'ਤੇ ਸੁਪਰੀਮ ਕੋਰਟ ਦੇ ਵਿੱਚ ਮੁਕੱਦਮੇ ਵੀ ਚੱਲ ਰਹੇ ਹਨ
कि सानू वखरा तस्लीम किया जाए, पर आने वाला समा दसेगा कि राजनीति का ऊंट किस करवट बैठता है। बहुत बहुत धन्यवाद, तुसी बहुत सेवा कर रहे हो जी, तुहानू और माजक बख्शिश करे। ठीक है, सो असी ये राजनीतिक और जिहड़े ये मसले है ये चलते रहने हैं, वो अपनी थां दे उत्ते इन्हां दा होना है। गल असी अज कर रहे सी कि साहिबजादियां दे बारे असी गल कर रहे। कैप्टन मरे जदों अंग्रेज़ हिंदुस्तान दे विच आए तां उन्हां ने दिल्ली दे विच ऑक्टर लोनी ने एक मीटिंग सद्दी और उस मीटिंग दे विच जिहड़े सिख रियासतां दे राजे सन उन्हां नूं सद्दिया, सारे ही बैठे और बड़े ही बड़े सुंदर वस्त्रां दे विच और साजो बाजो तरीके दे नाल उत्थे बैठे सन। और कैप ऑक्टर लोनी ने उन्हां नूं दो गल्लां पुछियां सी जिस दा बाद विच जिक्र पंच प्रकाश विच कीता। कैप्टन मरे ने उहदे विच एक बड़ा ही तिखा और नुकीला सवाल उन्हें सिखां नूं कीता सी। वो कहन लगा कि गुरु गोबिंद सिंह साहब उन्हां दे चार साहिबजादे सन, श्री रामचंद्र जी ने अपनी संतान नूं राज दे दिता, कृष्ण महाराज ने अपनी संतान नूं राज दे दिता, गुरु गोबिंद सिंह साहब अपने चार साहिबजादे नहीं बचा सके, तुहानूं की देणगे। बड़ा चुभवां बड़ा तिखा सवाल है जिहड़ा उसने कीता। किसे दे कोल कोई जवाब ना आया, किसे दे कोल इस गल दा जवाब नहीं सी। अखीर विच कैप सरदार रतन सिंह पंगू उस नूं मिले और उन्होंने सारा दसिया कि मैं जिसने मस्सा रंगण नूं सोधिया सी सुखा सिंह महताब सिंह उन्हां दा मैं पोतरा हाँ। और उसने फिर यही सवाल कैप्टन मरे ने सरदार रतन सिंह पंगू नूं पुछया कि गुरु गोबिंद सिंह साहब अपनी संतान नूं क्यों नहीं बचा सके ते तुहानूं की देणगे। अज दे इस प्रोग्राम दे विच इस सवाल की बड़ी अहमियत है। जिहड़ा जवाब सरदार रतन सिंह पंगू ने दिता वो अंकित है इतिहास दे विच। वो कहन लगे कि धरती दे उत्ते का पैदा हुंदी है जिस नूं धरती पुत्र किया जाता है वो धरती का पुत्र हुंदा है, पर जिस धरती दे उत्ते का उगदी है उत्थे फसल नहीं हुंदी और जिस थां ते फसल उगानी होए उत्थे का नहीं उगदी। गुरु गोबिंद सिंह साहब ने संसार दे भले लई संसार दे मानवता दे उदर पूर्ति लई उन्होंने धरती पुत्र नहीं पनपण दिता, उन्होंने इस धरती दे उत्ते खालसे दी फसल तैयार कीती। ए परपस है, ये मकसद सी गुरु गोबिंद सिंह साहब दा अपना सारा कुछ अर्पण कर देण दा। और जिहड़ा चढ़दी कला दा सोमा ये जो गुरु गोबिंद सिंह साहब दे इन्हां कारनामियां एक हफ्ते दे विच ये जिहड़ियां छे औखियां रातां दे राहीं जो कुछ सिरे चढ़िया वो इतिहास दा ऐसा वरका है जिस नूं सुनना और सुनाना बहुत कठिन है जेकर कोई उसनू ध्यान नाल समझण दी कोशिश करे। चमकौर दी उस कच्ची गढ़ी, जेड़ी कच्ची गढ़ी जिवें तुहानू थोड़ी देर पहला बैथलम दी तस्वीर दिखाई सी, 1500 साल पुराना वो चर्च वो उसे तरह कायम है, उस दी इमारत नूं सांभ के रख्या है। उत्थे छोटियां छोटियां लकड़ दियां खुरपियां दे नाल मिट्टी हटा के उन्हां ओरिजिनल इमारतां नूं सांभिया जांदा है, पर जिहड़ी चमकौर दी उह कच्ची गढ़ी जिथे गुरु साहब खुद लड़े, जिथों साहिबजादे लड़े, जिथों पंज प्यारे लड़े और वह जिहड़े सिंह शहीद होए वह कच्ची गढ़ी सानूं कोशिश करांगे जे तुहानूं दिखा सकीए। वह कच्ची गढ़ी जिहड़ी पहलां सी असी उह इह गढ़ी सी जिहड़ी असी टा के हुण इस दी जगह दे उत्ते इहनूं बिल्कुल असी खत्म कर दिता, हुण ये इमारत है की आने वाली जनरेशन नूं दसांगे कि इस थां तों गुरु साहब ने जंग जीती सी, इस थां ते जंग कीती सी, ये इमारत सी। साडी सोच क्यों इस तरह दी है
ਕਿ ਅਸੀਂ ਉਸ ਵਿਰਸੇ ਨੂੰ ਜਿੱਥੇ ਸਾਰੀ ਦੁਨੀਆ ਉਹ ਵਿਰਸਾ ਸਾਂਭ ਰਹੀ ਹੈ ਪਰ ਅਸੀਂ ਉਸ ਇਮਾਰਤ ਨੂੰ ਨਾ ਸਾਂਭ ਸਕੇ। ਜੇਕਰ ਬਿਲਡਿੰਗਾਂ ਬਣਾਉਣੀਆਂ ਔਰ ਇੱਕ ਗੱਲ ਹੋਰ ਕਹਿਣ ਵਿੱਚ ਕੋਈ ਇਤਰਾਜ਼ ਨਹੀਂ, ਕੋਈ ਗੁਰੇਜ਼ ਨਹੀਂ, ਤੁਸੀਂ ਇਹ ਚਮਕੌਰ ਦੀ ਗੜੀ ਦੇ ਇਸ ਗੁਰਦੁਆਰੇ ਦੀ ਇਹ ਇਮਾਰਤ ਦੀ ਤਸਵੀਰ ਔਰ ਕਿਸੇ ਵੀ ਹੋਰ ਬਣਾਏ ਹੋਏ ਗੁਰਦੁਆਰੇ ਦੀ ਤਸਵੀਰ ਰੱਖ ਲਓ ਔਰ ਜਿਨ੍ਹਾਂ ਨੇ ਇਸ ਨੂੰ ਬਣਾਇਆ ਹੈ ਉਹਨਾਂ ਨੂੰ ਪੁੱਛ ਲਓ ਕਿ ਜੇ ਉਹ ਪਛਾਣ ਕੇ ਦੱਸ ਦੇਣ ਕਿ ਇਹ ਕਿਹੜਾ ਗੁਰਦੁਆਰਾ ਹੈ। ਇਹ ਸ਼ਾਇਦ ਵਿਚਾਰਨ ਵਾਲੀ ਗੱਲ ਹੈ ਪਰ ਖੈਰ ਇੱਕ ਬਿਲਕੁਲ ਵੱਖਰਾ ਵਿਸ਼ਾ ਹੈ ਔਰ ਕੌਮ ਦੇ ਚਿੰਤਕਾਂ ਨੂੰ ਇਸ ਦੀ ਸੋਚ ਜ਼ਰੂਰ ਕਰਨੀ ਚਾਹੀਦੀ ਹੈ। ਜੇ ਕੁਛ ਬਚਿਆ ਹੈ ਉਸ ਨੂੰ ਹਾਲੇ ਵੀ ਬਚਾ ਲਿਆ ਜਾਏ ਪਰ ਉਸ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਅਖੀਰਲੇ ਦਿਨ ਜਦੋਂ ਸਵੇਰ ਵੇਲੇ ਸਭ ਨੇ ਸ਼ਹੀਦ ਹੋਣਾ ਹੈ, ਜਾਣੀ ਜਾਣ ਪਿਤਾ ਨੂੰ ਸਭ ਕੁਛ ਪਤਾ ਹੈ, ਅੰਤਰਜਾਮੀ ਪਿਤਾ ਨੂੰ ਪਤਾ ਹੈ ਕਿ ਕੱਲ੍ਹ ਕੀ ਹੋਣ ਵਾਲਾ ਹੈ ਔਰ ਉਸ ਗੜੀ ਦੇ ਵਿੱਚ ਹਜ਼ੂਰ ਨੇ ਅੰਮ੍ਰਿਤ ਵੇਲੇ ਖੁਦ ਆਸਾ ਦੀ ਵਾਰ ਦਾ ਕੀਰਤਨ ਕੀਤਾ। ਇਹ ਸਾਰਾ ਕੁਛ ਇਤਿਹਾਸ ਦੇ ਵਰਕਿਆਂ ਦੇ ਵਿੱਚ ਅੰਕਿਤ ਹੈ। ਜਿਹੜੀ ਗੱਲ ਗੁਰੂ ਸਾਹਿਬ ਨੇ ਕਹੀ ਸੀ, ਤਨ ਜੀ ਉਤੇ ਕੋ ਜਗਮੇ ਮੁਕਤੇ ਹਰ ਚਿੱਤ ਮੇਂ ਜੁੱਧ ਵਿਚਾਰੇ, ਇਸ ਨੂੰ ਅਮਲੀ ਰੂਪ ਦਿੱਤਾ। ਸਤਿਗੁਰੂ ਨੇ ਖੁਦ ਉਸ ਗੜੀ ਦੇ ਵਿੱਚ ਆਸਾ ਦੀ ਵਾਰ ਦਾ ਕੀਰਤਨ ਖੁਦ ਕੀਤਾ ਔਰ ਕੀਰਤਨ ਕਰਨ ਤੋਂ ਬਾਅਦ ਸਤਿਗੁਰੂ ਨੇ ਜਦੋਂ ਜੰਗ ਹੋਈ ਹੈ, ਜਦੋਂ ਸ਼ਾਮ ਪਈ ਹੈ ਔਰ ਉਸ ਦੇ ਬਾਅਦ ਉਹਨਾਂ ਨੇ ਅਰਦਾਸ ਵੀ ਖੁਦ ਕੀਤੀ ਹੈ ਔਰ ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਸਾਹਿਬ ਨੇ ਜਦੋਂ ਅਰਦਾਸ ਵੀ ਖੁਦ ਕੀਤੀ, ਅਰਦਾਸੀਏ ਦੇ ਕੋਲੋਂ ਨਹੀਂ ਕਰਵਾਈ, ਅਰਦਾਸੀਏ ਸਿੰਘ ਨੇ ਨਹੀਂ ਕੀਤੀ, ਗੁਰੂ ਸਾਹਿਬ ਨੇ ਖੁਦ ਅਰਦਾਸ ਕੀਤੀ ਔਰ ਉਸ ਦੇ ਵਿੱਚ ਜਦੋਂ ਇਹ ਲਫਜ਼ ਆਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਾ ਭਲਾ, ਇਤਿਹਾਸ ਅੰਕਿਤ ਕਰਦਾ ਇੱਕ ਵਾਰ ਨਹੀਂ, ਦੋ ਵਾਰ ਨਹੀਂ, ਕਿਤਨੀ ਦੇਰ ਹੀ ਲਗਾਤਾਰ ਗੁਰੂ ਕਲਗੀਧਰ ਪਿਤਾ ਇਹ ਲਫਜ਼ ਦੁਹਰਾਉਂਦੇ ਰਹੇ, ਤੇਰੇ ਪਾਣੇ ਸਰਬੱਤ ਕਾ ਭਲਾ, ਤੇਰੇ ਪਾਣੇ ਸਰਬੱਤ ਕਾ ਭਲਾ। ਇਹ ਕਿਹੜਾ ਮਿਸ਼ਨ ਸੀ ਜਿਸ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਨਾਨਕ ਪਾਤਸ਼ਾਹ ਦੀ ਉਹ ਜੋਤ ਇਸ ਰੂਪ ਦੇ ਵਿੱਚ ਪ੍ਰਗਟ ਹੋਈ ਔਰ ਉਹਨਾਂ ਨੇ ਆ ਕੇ ਇਹ ਸਾਰਾ ਕੁਛ ਕਰ ਦਿੱਤਾ ਔਰ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਤੋਂ ਆਰੰਭ ਹੋਈ ਸੀ, ਜਿਹੜੇ ਗੁਰੂ ਨਾਨਕ ਸਾਹਿਬ ਨੇ ਜਦੋਂ ਸੁਲਤਾਨਪੁਰ ਲੋਧੀ ਨਵਾਬ ਦੇ ਸਾਹਮਣੇ ਗਏ ਸੀ ਔਰ ਉੱਥੇ ਜਦੋਂ ਗੁਰੂ ਸਾਹਿਬ ਨੂੰ ਕਿਹਾ ਗਿਆ, ਚੜ੍ਹਦੀ ਜਵਾਨੀ ਸੀ, ਉਹਨਾਂ ਨੂੰ ਕਿਹਾ ਗਿਆ ਨਵਾਬ ਨੂੰ ਸਲਾਮ ਕਰੋ ਤਾਂ ਹਜ਼ੂਰ ਨੇ ਕਿਹਾ ਸੀ ਆਤਮਾ ਬੂਤ ਸਲਾਮੀ ਕਰਤ ਗਰਦਨ ਬੇਤਮਾ ਬੁਲੰਦ ਬੁਵਦ, ਜਿਸ ਆਦਮੀ ਦੇ ਅੰਦਰ ਤਮਾ ਹੋਏਗੀ, ਲਾਲਚ ਹੋਏਗਾ, ਉਹ ਸਲਾਮ ਕਰੇਗਾ, ਜਿਸ ਦੇ ਅੰਦਰ ਤਮਾ ਨਹੀਂ ਹੈ, ਲਾਲਚ ਨਹੀਂ ਹੈ, ਉਸ ਦੀ ਗਰਦਨ ਹਮੇਸ਼ਾ ਬੁਲੰਦ ਰਹੇਗੀ। ਇਹ ਜਿਹੜੇ ਵਾਕ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ ਜਿਹੜੀ ਬੁਨਿਆਦ ਰੱਖੀ, ਜਿਹੜੇ ਉਹਨਾਂ ਨੇ ਬਚਨ ਕਹੇ, ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਥਰ ਤਲੀ ਗਲੀ ਮੇਰੀ ਆਓ, ਇਹ ਬਚਨ ਗੁਰੂ ਨਾਨਕ ਸਾਹਿਬ ਨੇ ਕਹੇ ਸੀ। ਉਸ ਦੀ ਮੁਕਾਮ, ਉਸ ਦੀ ਮੰਜ਼ਲ, ਉਸ ਦਾ ਸਿਖਰ ਗੁਰੂ ਗੋਬਿੰਦ ਸਿੰਘ ਸਾਹਿਬ ਸਨ ਜਦੋਂ ਉਹਨਾਂ ਨੇ ਉਹਨਾਂ ਸਿਰਾਂ ਦੀ ਮੰਗ ਕੀਤੀ ਕਿ ਜਿਨ੍ਹਾਂ ਨੇ, ਜੇ ਗੁਰੂ ਨਾਨਕ ਸਾਹਿਬ ਕਹਿ ਰਹੇ ਹਨ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਜੇ ਤੁਸੀਂ ਪ੍ਰੇਮ ਦੇ ਮਾਰਗ ਦੇ ਉੱਤੇ ਚੱਲਣਾ ਹੈ ਤਾਂ ਫਿਰ ਸਿਰ ਹਥੇਲੀ ਦੇ ਉੱਤੇ ਰੱਖੋ। ਔਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਇਹੀ ਮੰਗ ਕਰਕੇ ਉਹਨਾਂ ਨੂੰ ਪਿਆਰੇ ਦਾ ਖਿਤਾਬ ਦਿੱਤਾ। ਇਤਿਹਾਸ ਬਹੁਤ ਬੇਦਰਦ ਹੈ, ਬੜੇ ਹੀ ਤੇਜ਼ ਰਫ਼ਤਾਰ ਦੇ ਨਾਲ ਨਿਕਲ ਜਾਂਦਾ ਹੈ, ਬਹੁਤ ਹੀ ਤੇਜ਼ ਰਫ਼ਤਾਰ ਹੈ, ਪਰ ਸਾਨੂੰ ਸੋਚਣ ਦੀ ਲੋੜ ਹੈ। ਇੱਕ ਗੱਲ ਕਹਿੰਦੇ ਹਾਂ, ਇਸੇ ਹੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ 1953 ਦੇ ਵਿੱਚ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਆਏ, ਉੱਥੇ ਉਹਨਾਂ ਨੇ ਕਿਹਾ ਸਾਹਿਬਜ਼ਾਦਿਆਂ ਨੂੰ ਸ਼ਹਾਦਤ ਦੇਣੀ ਹੈ। ਉਸ ਵੇਲੇ ਕਿਹਾ ਗਿਆ, ਇੱਥੋਂ ਪਹਿਲਾਂ ਕਈ ਵਾਰੀ ਪੰਡਿਤ ਨਹਿਰੂ ਇੱਥੋਂ ਲੰਘੇ ਹਨ ਪਰ ਕਦੀ ਉਹਨਾਂ ਨੂੰ ਖਿਆਲ ਨਹੀਂ ਆਇਆ, ਹੁਣ ਜੋ ਕਿ ਚੋਣਾਂ ਆ ਰਹੀਆਂ ਹਨ ਇਹਨਾਂ ਨੂੰ ਖਿਆਲ ਆ ਗਿਆ। ਪੰਥ ਦੀ ਸਟੇਜ ਪੰਥਕ ਕਾਰਜਾਂ ਲਈ ਹੋ ਸਕਦੀ ਹੈ,
ਪੰਥ ਦੇ ਵਿਰੋਧ ਵਿੱਚ ਨਹੀਂ ਵਰਤੀ ਜਾ ਸਕਦੀ ਔਰ ਉਹਨਾਂ ਨੂੰ ਨਹੀਂ ਬੋਲਣ ਦਿੱਤਾ ਗਿਆ। ਅਸੀਂ ਸਮਝੀਏ ਉਹਨਾਂ ਸ਼ਹਾਦਤਾਂ ਉਹਨਾਂ ਜੋੜ ਮੇਲਿਆਂ ਦੇ ਉੱਤੇ ਪੰਥ ਦੀ ਗੱਲ ਹੋਏ ਪੰਥਕ ਧੁਰੇ ਦੀ ਗੱਲ ਹੋਏ ਪਰ ਇੱਕ ਗੱਲ ਹੋਰ ਕਹਿਣ ਵਿੱਚ ਕਿ ਜਦੋਂ ਹਜ਼ਰਤ ਈਸਾ ਮਸੀਹ ਨੂੰ ਪਕੜਵਾਇਆ ਉਹਨਾਂ ਦਾ ਆਪਣਾ ਨਜ਼ਦੀਕੀ ਸੀ ਜਿਸ ਦਾ ਨਾਂ ਜੂਡਾ ਸੀ। ਅੱਜ ਉਸ ਦਿਨ ਤੋਂ ਬਾਅਦ ਕਦੇ ਵੀ ਜੂਡਾ ਦੇ ਨਾਂ ਦੇ ਉੱਤੇ ਕਦੇ ਕਿਸੇ ਨੇ ਕੋਈ ਚੀਜ਼ ਨਹੀਂ ਰੱਖੀ, ਕੋਈ ਨਾਂ ਨਹੀਂ ਰੱਖਿਆ। ਪਰ ਜਿੱਥੇ ਸਾਹਿਬਜ਼ਾਦੇ ਮਾਤਾ ਜੀ ਗੁਰੂ ਸਾਹਿਬ ਨੂੰ ਖੁਦ ਔਰ ਸਾਰਾ ਕੁਛ ਸ਼ਹਾਦਤਾਂ ਦੇਣੀਆਂ ਪਈਆਂ ਔਰ ਉਸਦਾ ਸਿੱਧਾ ਦੋਸ਼ ਠੀਕਰ ਫੋਰ ਦਲੀਸ ਸਿਰ ਵਕਤ ਦੇ ਹਾਕਮ ਔਰੰਗਜ਼ੇਬ ਦੇ ਸਿਰ ਹੈ, ਇਹ ਸ਼ਾਇਦ ਇੱਥੇ ਹੀ ਸੰਭਵ ਹੈ ਕਿ ਉਸਦਾ ਸਨਮਾਨ ਕਰਦਿਆਂ ਹੋਇਆਂ ਦਿੱਲੀ ਦੇ ਵਿੱਚ ਸਾਹਿਬਜ਼ਾਦਿਆਂ ਦੇ ਨਾਂ 'ਤੇ ਨਹੀਂ, ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ 'ਤੇ ਨਹੀਂ, ਔਰੰਗਜ਼ੇਬ ਰੋਡ ਸੁਸ਼ੋਭਿਤ ਹੈ ਔਰ ਉਸਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਔਰੰਗਜ਼ੇਬ ਰੋਡ ਰੱਖ ਕੇ। ਅਖੀਰ ਦੇ ਵਿੱਚ ਗੁਰੂ ਸਾਹਿਬ ਨੇ ਸਾਰਾ ਕੁਛ ਕਰਕੇ ਬੇਨਤੀ ਨਹੀਂ ਕੀਤੀ, ਕੋਈ ਉਹਨਾਂ ਨੇ ਗੁਜ਼ਾਰਿਸ਼ ਨਹੀਂ ਕੀਤੀ, ਇੱਕ ਹੁਕਮ ਕੀਤਾ ਹੈ, ਅਸੀਂ ਉਹ ਵੇਖਣਾ, ਉਸ ਹੁਕਮ ਨੂੰ ਮੰਨਣਾ ਹੈ ਨਹੀਂ ਮੰਨਣਾ ਹੈ। ਹਜ਼ੂਰ ਨੇ ਇਹ ਕਿਹਾ, ਇਹ ਹੈ ਮੋਰ ਆਗਿਆ ਸੁਣੋ ਤੁਮ ਪਿਆਰੇ, ਬਿਨਾਂ ਸ਼ਸਤਰ ਕੇ ਸੰਗ ਨ ਦੇਵੋ ਦਿਦਾਰੇ, ਬਿਨਾਂ ਸ਼ਸਤਰ ਕੇ ਸੰਗ ਨਰੰਗ ਭੇਡ ਜਾਨੋ, ਗਹੇ ਕਾਨ ਤਾਕੋ ਕਿਤੇ ਲੈ ਸਿਧਾਨੋ। ਸੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਇਤਨਾ ਹੀ, ਇੱਕ ਹੋਰ ਪ੍ਰੋਗਰਾਮ ਲੈ ਕੇ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਇਜਾਜ਼ਤ ਦਿਓ ਔਰ ਤੁਸੀਂ ਸਾਨੂੰ ਈਮੇਲ ਜ਼ਰੂਰ ਕਰੋ lamba@getpunjabi.tv। ਇੱਕ ਪ੍ਰੋਗਰਾਮ ਲੈ ਕੇ ਮੁੜ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।